गुड मॉर्निंग नमस्कार सुधीर आनंद फ्रॉम वी आज आपके लिए हम लेकर आए हैं एक बहुत अच्छी बिग पर्सनालिटी हमारे शहर से uh, जो बहुत सारे काम करते हैं रियल स्टेट ब्रोकर भी हैं लाइसेंस मोडगेज ब्रोकर भी हैं विद सेंटम इज एड रियल स्टेट ब्रोकर हैं रॉयल स्टार रियलिटी से और uh, सबसे बड़ी बात ही इज एन आर्टिस्ट आर्टिस्ट डायरेक्टर भी हैं uh, पंजाबी आर्ट्स एसोसिएशन ऑफ टोरंटो के और इसके अलावा भी इनके पास बहुत सारी खूबियाँ हैं आप हैरान हो गए सुनकर कि ये आ दो बॉर्न एंड अप इन डेली ही वॉज़ अ वन वेरी सक्सेसफुल पर्सन इन विद मैनी फेसिस विद मैनी टैलेंट्स लेट्स वेलकम मिस्टर सरबजीत सिंह अरोड़ा सरबजी सरबजीत जी थोड़ा वेलकम है बहुत बहुत शुक्रिया सुधीर जी मेरा ख्याल है कि हों तो सारी असं बड़ी मल्टीफेसिटेड हाँ ਪਰ ਕੁਝ ਲੋਕਾਂ ਦੇ ਹਿੱਸੇ ਹੈ ਸ਼ਾਇਦ ਵਡਿਆਈ ਆ ਜਾਂਦੀ ਹੈ ਕਿ ਲੋਕਿ ਉਹਨਾਂ ਦੀ ਕਿਸਮਤ ਚ ਕੀ ਹੁੰਦੀ ਕਿ ਉਹਨਾਂ ਦੇ ਕੰਮ ਪਛਾਣਿਆ ਜਾਂਦਾ ਸੋ ਮੇਰੀ ਕਿਸਮਤ ਵਿੱਚ ਕੁਝ ਐਸਾ ਹੋ ਗਿਆ ਆਦਰਵਾਇਜ਼ ਹੁੰਦੇ ਤਾਂ ਸਾਰੇ ਸੀ ਮਲਟੀਫੈਸਟਡ ਹੈਗੇ ਨਹੀਂ ਨਹੀਂ ਡੈਫੀਨੇਟਲੀ ਮਲਟੀਫੈਸਟਡ ਹੈਗੇ ਹੈ ਬਹੁਤ سارے ਲੋਕ ਮੈਂ ਸਾਰੇ ਤੇ ਨਹੀਂ ਕਹਾਂਗਾ ਬਹੁਤ سارے ਲੋਕ ਹੈ ਮੇਜਰ ਪਰਸੈਂਟੇਜ ਹੈਗੀ ਹੈ ਲੇਕਿਨ ਉਹ ਟੈਲੈਂਟ ਹੁੰਦੇ ਹੋਏ ਵੀ ਉਹ ਇਸ ਚੀਜ਼ ਨੂੰ ਸ਼ੋ ਨਹੀਂ ਕਰਦੇ ਜਾਂ ਪਾਰਟਿਸਿਪੇਟ ਨਹੀਂ ਕਰਦੇ ਇਨ ਦਾ ਵੇਰੀਅਸ ਓਪਰਚ्युनिटी ਜਿਹੜੀਆਂ ਉਹਨਾਂ ਨੂੰ ਮਿਲਦੀਆਂ ਹਨ ਉਹਨਾਂ ਨੂੰ ਵੀ ਗਵਾ ਦਿੰਦੇ ਆਗੇ ਜਿੱਥੇ ਕਿ ਤੁਸੀਂ ਸਾਰੇ ਟੈਲੈਂਟ ਹੁੰਦੇ ਹੋਏ ਕਿਉਂਕਿ ਟੈਲੈਂਟਡ ਹੋਣਾ ਅਕੱਲਾ ਹੀ ਇੱਕ ਗੁਣ ਨਹੀਂ ਹੈਗਾ ਗੁਣਾ ਵੀ ਹੈਗਾ ਕਿ ਤੁਸੀਂ ਉਸ ਟੈਲੈਂਟ ਨੂੰ ਕਿਸ ਤਰ੍ਹਾਂ ਪਾਰਟਿਸਿਪੇਟ ਕਰਦੇ ਹੋ ਕਿਦਾਂ ਉਸ ਦੇ ਵਿੱਚ ਉਸ ਓਪਰਚ्युनिटी ਨੂੰ ਲੱਭਦੇ ਹੋ ਤੇ ਉਸ ਦੇ ਬਾਅਦ ਉਸ ਦੇ ਨਾਲ ਅੱਗੇ ਮਿਲ ਕੇ ਚੱਲਦੇ ਹੋ ਸੁਦੇਰ ਜੀ ਗੱਲ ਮੈਂ ਸਮਝਦਾ ਇਸ ਤਰ੍ਹਾਂ ਹੈ ਕਿ ਪੈਸ਼ਨ ਜਿਹੜਾ ਹੋਣਾ ਨਾ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ ਤੇ ਪੈਸ਼ਨ ਨੂੰ ਫਾਲੋ ਕਰਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਬਹੁਤ ਵਾਰ ਖਾਸ ਤੌਰ ਤੇ ਜਿਹੜੇ ਲੋਕ ਅਸੀਂ ਹਿੰਦੁਸਤਾਨ ਦੇ ਵਿੱਚ ਜਿਹੜੇ ਜਾਂਦੇ ਆ ਸਾਨੂੰ ਬਹੁਤ ਬਚਪਨ ਤੋਂ ਇੱਕ ਚੀਜ਼ ਸਾਨੂੰ ਕੋਲ-ਕੋਲ ਕੇ ਪਾਈ ਜਾਂਦੀ ਕਿ ਪੜ੍ਹਾਈ 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 ਕਰੀਅਰ ਬਣਾਓ ਜ਼ਿੰਦਗੀ 'ਚ ਤਾਂ ਹੀ ਕੁਝ ਕਰ ਸਕੋਗੇ ਸਾਨੂੰ ਚੰਗਾ ਇਨਸਾਨ ਬਣਨ ਤੇ ਜ਼ੋਰ ਨਹੀਂ ਲਗਾਇਆ ਜਾਂਦਾ ਮੋਰਲ ਸਾਇੰਸ ਸਕੂਲ 'ਚ ਸਬਜੈਕਟ ਤਾਂ ਹੋ ਸਕਦਾ ਹੈ ਪਰ ਤੁਹਾਨੂੰ ਇਹ ਨਹੀਂ ਸਮਝ ਆ ਜਾਂਦਾ ਕਿ ਤੁਸੀਂ ਆਪਣੀ ਬੇਤਰੀ ਲਈ ਕੀ ਕਰਨਾ ਹੈ ਸੋ ਜਦੋਂ ਤੁਹਾਨੂੰ ਇਹ ਕਿਸੇ ਨੂੰ ਵੀ ਗੱਲ ਸਮਝ ਆ ਜਾਂਦੀ ਹੈ ਕਿ ਮੈਂ ਆਪਣੀ ਨਿਜਲੇ ਕੀ ਕਰ ਰਿਹਾ ਆਪਣੇ ਪਰਿਵਾਰ ਲਈ ਨਹੀਂ ਆਪਣੀ ਰੋਜ਼ੀ ਰੋਟੀ ਲਈ ਨਹੀਂ ਆਪਣੇ ਕੱਪੜੇ ਖਾਣੇ ਲਈ ਨਹੀਂ ਮੈਂ ਆਪਣੀ ਮੈਂਟਲ ਡਿਵੈਲਪਮੈਂਟ ਲਈ ਕੀ ਕਰ ਰਿਹਾ ਫਿਰ ਤੁਸੀਂ ਪੈਸ਼ਨ ਫਾਲੋ ਕਰਨ ਲੱਗ ਜਦੋਂ ਜਦੋਂ ਕੋਈ ਵੀ ਬੰਦਾ ਪੈਸ਼ਨ ਫਾਲੋ ਕਰਦਾ ਹੈ ਉਹ ਫਿਰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦਾ ਹੈ ਐਟ ਦ ਐਂਡ ਆਫ ਦਾ ਡੇ ਵੀ ਆਲ ਹੈਵ ਵਨ ਲਾਈਫ ਐਂਡ ਵੀ ਹੈਵ ਟੂ ਮੇਕ ਦ ਬੈਸਟ ਆਫ ਇਟ ਸੋ ਮੈਂ ਆਪਣੀ ਜ਼ਿੰਦਗੀ ਨੂੰ ਮੈਂ ਇਹ ਸੋਚਦਾ ਕਿ ਮੇਰੇ ਕੋਲ ਇੱਕ ਜ਼ਿੰਦਗੀ ਵਿੱਚ ਜੋ ਕੁਝ ਮੈਂ ਬਿਹਤਰੀਨ ਕਰ ਸਕਦਾ ਆਪਣੇ ਲਈ ਉਹ ਕਰਨ ਦੀ ਕੋਸ਼ਿਸ਼ ਕਰਦਾ ਹਾਂ ਡੈਫੀਨਿਟਲੀ ਮੈਂ ਬਿਲਕੁਲ ਐਗਰੀ ਕਰਦਾ ਤੁਹਾਡੇ ਨਾਲ ਸਰਬਜੀਤ ਜੀ ਪੁਆਇੰਟ ਜਿਹੜਾ ਤੁਸੀਂ ਕਿਹਾ ਬਹੁਤ ਵੈਲਿਡ ਹੈਗਾ ਅਸੀਂ ਸਾਰੇ ਦੇਖਣ ਵਾਲਿਆਂ ਨੂੰ ਜ਼ਰੂਰ ਕਹਾਂਗੇ ਕਿ ਤੁਹਾਡਾ ਜਿਹੜਾ ਪੈਸ਼ਨ ਆ ਉਹਨੂੰ ਪਰਸੂ ਜ਼ਰੂਰ ਕਰੋ ਉਸ ਪੈਸ਼ਨ ਦੇ ਨਾਲ ਤੁਹਾਡੇ ਜੇ ਦਿਲ ਦੀ ਖੁਆਇਸ਼ ਪੂਰੀ ਹੋਏਗੀ ਪਲੱਸ ਤੁਹਾਡੀ ਰੂਹ ਨੂੰ ਬੜੀ ਖੁਸ਼ੀ ਤੇ ਸ਼ਾਂਤੀ ਮਿਲੇਗੀ ਅੱਗੇ ਵਧਦੇ ਹਾਂ ਸਰਬਜੀ ਜੀ ਜਿਸਾਂ ਸਾਰੇ ਨੂੰ ਪਤਾ ਹੈ ਕਿ ਤੁਸੀਂ ਰੀਅਲ اسٹیਟ ਬ੍ਰੋਕਰ ਹੈਗੇ ਹੋ ਰਾਇਲ ਸਟਾਰ ਰੀਅਲਟੀ ਦੇ ਨਾਲ ਜੀ ਤੇ ਅੱਜ ਅਸੀਂ ਤੁਹਾਡੇ ਨਾਲ ਰੀਅਲ اسٹیਟ ਦੇ ਸੰਬੰਧਿਤ ਸਵਾਲ ਪੁੱਛਾਂਗੇ ਜੀ ਸ਼ੂ ਤੇ ਉਮੀਦ ਹੈ ਕਿ ਤੁਸੀਂ ਉਸ ਆਨਰਸ ਰਿਪਲਾਈ ਕਰੋਗੇ 100% ਜੀ ਤੇ ਪਹਿਲਾ ਸਵਾਲ ਸਰਬਜੀ ਜੀ ਜਿਹੜਾ ਬੂਮ ਆਇਆ ਰੀਅਲ اسٹیਟ ਮਾਰਕੀਟਸ ਫॉर ਲਾਸਟ ਫਿਊ ইয়ারਸ ਜੀ ਉਸ ਵਿੱਚ ਪਰਸੈਂਟੇਜ ਇਨਕਰੀਸ ਵੀ ਹੋਈ ਹੈ ਕਰਾਂ ਦੀ ਲੋਕਾਂ ਦਾ ਜਿਹੜਾ ਸਵਭਾਵ ਸਿਗਾ ਜਾਂ ਉਹਨਾਂ ਦਾ ਜਿਹੜਾ ਐਟੀਟਿਊਡ ਸਿਗਾ ਜਾਂ ਉਹਨਾਂ ਦਾ ਜਿਹੜਾ ਰੁਝਾਨ ਸਿਗਾ ਉਹ ਵੀ ਬੰਨਿਆ ਹੈ ਰੀਅਲ ਏਸਟੇਟ ਮਾਰਕੀਟ ਦੀ ਤਰਫ ਔਰ ਰੀਅਲ ਏਸਟੇਟ ਮਾਰਕੀਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਮਹੱਤਵਨ ਜਾਂ ਚਾਰ ਗੁਣਾ ਬੜੋਤਰੀ ਕੀਤੀ ਹੈ ਪ੍ਰਾਈਸ ਇੰਡੈਕਸ ਨੂੰ ਲੈ ਕੇ ਰੀਅਲ ਏਸਟੇਟ ਪ੍ਰਾਈਸ ਇੰਡੈਕਸ ਨੂੰ ਲੈ ਕੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਕੋਵਿਡ 19 ਤੋਂ ਪਹਿਲਾਂ ਜਦੋਂ ਕੋਵਿਡ 19 ਦੇ ਟਾਈਮ ਤੱਕ ਜਿਹੜੀ ਗ੍ਰੋਥ ਸੀ ਇੱਕ ਕੰਸਿਸਟੈਂਟ ਗ੍ਰੋਥ ਅਸੀਂ ਦੇਖਦੇ ਆ ਰਹੇ ਸੀ ਰੀਅਲ ਏਸਟੇਟ ਦੀ ਨਾਰਮਲੀ ਰੀਅਲ ਸ਼ਿਟ ਸਾਈਕਲ ਕੈਨੇਡਾ ਵਿੱਚ ਹੁੰਦਾ ਕੀ ਹੈ ਕਿ ਕਰੀਬ 10 ਤੋਂ 12 ਸਾਲ ਦੇ ਬਾਅਦ ਇੱਕ ਡਿਪ ਆਂਦਾ ਹੈ ਤੇ ਉਸ ਤੋਂ ਬਾਅਦ ਫਿਰ ਸੀ ਉੱਪਰ ਜਾਣਾ ਸ਼ੁਰੂ ਕਰਦਾ 2008 ਵਿੱਚ ਅਸੀਂ ਲਾਸਟ ਡਿਪ ਦੇਖਿਆ ਸੀ ਜੋ ਕਿ ਇੱਕ ਬੜਾ ਮਾਈਨਰ ਡਿਪ ਸੀ ਕਿਉਂਕਿ ਵਰਲਡ ਵਾਈਡ ਜੋ ਕਿ ਸਾਰ ਜਗ੍ਹਾ ਦੇਖਣ ਨੂੰ ਮਿਲਿਆ ਅਸੀਂ ਵੀ ਕੈਨੇਡਾ ਵਿੱਚ ਥੋੜਾ ਜਿਹਾ ਇੱਕ ਡਿਪ ਦੇਖਿਆ ਜੋ 2020 ਦੇ ਵਿੱਚ ਕੋਵਿਡ ਆਇਆ ਤਾਂ ਸਭ ਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਮਾਰਕੀਟ ਥੱਲੇ ਜਾਏਗੀ ਸੋ ਬਹੁਤ ਲੋਕ ਜਿਹੜੇ ਪੁਰਾਣੇ ਦਿੱਗ ਜਿਹਨਾਂ ਨੂੰ ਕਹਿਣਾ ਚਾਹੀਦਾ ਜਿਹੜੇ ਕਿ ਪਰ ਤਜਰਬੇਕਾਰ ਲੋਕ ਸਾਨੂੰ ਕਹਿੰਦੇ ਸੀ ਮਾਰਕੀਟ ਥੱਲੇ ਜਾਏਗੀ ਪੰਡਿਤ ਪੰਡਿਤ ਰੀਅਲ اسٹیਟ ਮਾਰਕੀਟ ਤੇ ਪੰਡਿਤ ਜੜੇ ਬਿਲਕੁਲ ਜੀ ਈਵਨ ਬੈਂਕਸ ਨੇ ਗੱਲ ਕਹੀ ਸੀ ਹੁਣ ਉਹ ਇਕਨੋਮਿਸਟਸ ਨੇ ਗੱਲ ਕਹੀ ਬੈਂਕਸ ਨੇ ਗੱਲ ਕੀਤੀ ਮਾਰਕੀਟ ਥੱਲੇ ਆਣੀ ਚਾਹੀਦੀ ਪਰ ਹੋਇਆ ਉਸ ਤੋਂ ਬਿਲਕੁਲ ਉਲਟ ਮਾਰਕੀਟ ਨੇ ਉਸ ਤੋਂ ਬਿਲਕੁਲ ਉਲਟ ਰਿਸਪੌਂਡ ਕੀਤਾ ਤੇ ਮਾਰਕੀਟ ਨਾ ਸਿਰਫ ਉੱਪਰ ਗਈ ਬਲਕਿ ਜ਼ਰੂਰਤ ਤੋਂ ਜ਼ਿਆਦਾ ਜਿਹਨੂੰ ਕਹਿਣਾ ਚਾਹੀਦਾ ਹੈ ਅਚਾਨਕ ਛਲਾਂਗ ਜਿਹਨੂੰ ਕਹਿੰਦੇ ਪਰ ਪ੍ਰਾਪਰਟੀ ਦੇ ਪ੍ਰਾਈਸਸ ਨੇ ਲਗਾਈ 25 30% ਦੀ ਇਨਕ੍ਰੀਮੈਂਟਸ ਉਸੇ ਵੇਖੇ ਨੇ ਇੱਕ ਇੱਕ ਸਾਲ ਜੋ ਕਿ ਕਦੀ ਪਹਿਲਾਂ ਨਹੀਂ ਹੋਇਆ ਗ੍ਰੀਡ ਯੂਨੀਵਰਸਿਟੀ ਮਾਰਕਟ ਜਿਹੜਾ ਕਦੀ ਨਹੀਂ ਹੋਇਆ ਜੀ ਸੋ ਇਹ ਮੇਰਾ ਖਿਆਲ ਹੈ ਕਿ ਜਿਹੜੀ ਇਹ ਸਾਰੇ ਰੀਰੋਸਟ ਪੰਡਿਤ ਨੂੰ ਫੇਲ ਕਰਨ ਵਾਲੀ ਇਹ ਗੱਲ ਸੀਗੀ ਬਦਕਿਸਮਤੀ ਨਾਲ ਕਿਸੇ ਨੂੰ ਇਸ ਦਾ ਪਤਾ ਨਹੀਂ ਸੀ ਕੀ ਹੋਇਆ ਕਿਉਂ ਹੋਇਆ ਅੱਜ ਜੇ ਤੁਸੀਂ ਦੇਖਦੇ ਆ ਜਿਹਨੂੰ ਕਹਿੰਦੇ ਨਾ ਹਾਈਨ ਵਿਜਨ ਜਿਹੜੀ ਹੈ ਜਾਂ ਜੋ ਪਿੱਛੇ ਮੁੜ ਕੇ ਤੁਸੀਂ ਕਿਸ ਚੀਜ਼ ਨੂੰ ਦੇਖਦੇ ਆ ਤੇ ਅਸੀਂ ਚੀਜ਼ਾਂ ਨੂੰ ਐਨਲਾਈਜ਼ ਕਰ ਸਕਦੇ ਆ ਇਹ ਲੱਗਦਾ ਹੈ ਕਿ ਜਦੋਂ ਗਵਰਨਮੈਂਟ ਨੇ ਔਰ ਬੈਨੀਫਿਟਸ ਦੇਣੀ ਸ਼ੁਰੂ ਕੀਤੇ ਤੇ ਲੋਕਾਂ ਕੋਲ ਵਕਤ ਵੀ ਸੀ ਲੋਕਾਂ ਨੇ ਆਪਣੀ ਪ੍ਰਾਪਰਟੀਆਂ ਨੂੰ ਇੰਪਰੂਵ ਕਰਨਾ ਸ਼ੁਰੂ ਕਰ ਦਿੱਤਾ ਰੈਨੋਵੇਸ਼ਨ ਦੇ ਉੱਤੇ ਬਹੁਤ ਮਿਹਨਤ ਹੋਈ ਬਹੁਤ ਪੈਸਾ ਲਗਾਇਆ ਗਿਆ ਫਿਰ ਘਰ ਦੇਖਣ ਨੂੰ ਸੋਹਣੇ ਹੋ ਗਏ ਤੇ ਲੋਕਾਂ ਨੇ ਕਿਉਂ ਨਾ ਮੈਂ ਆਪਣਾ ਘਰ ਵੇਚ ਕੇ ਦੇਖਾਂ ਸ਼ਾਇਦ ਕੁਝ ਵਾਧੂ ਪੈਸੇ ਜ਼ਿਆਦਾ ਮਿਲ ਜਾਣ ਉਹਨੂੰ ਵੇਚ ਕੇ ਅੱਗੇ ਤੋਂ ਅੱਗੇ ਤੋਂ ਅੱਗੇ ਇੱਕਮ ਚੱਲਦਾ ਰਿਹਾ ਪੀਪਲ ਹੱਡ ਅ ਲੋਟ ਆਫ ਟਾਈਮ ਔਨ देयर ਹੈਂਡਸ ਉਦ ਇੱਕ ਚੀਜ਼ ਹੋਈ ਦੂਸਰੀ ਜਿਹੜੀ ਇਸ ਸਬ ਦੇ ਵਿੱਚ ਚਲਦੀਆਂ ਹੋਈ ਚੀਜ਼ੇ ਹੋਈ ਚੁਰ ਪਹਿਲੇ ਤਾਂ 6 ਮਹੀਨੇ ਲੋਕ ਸਿਰਫ ਇਹ ਹੀ ਕੁਝ ਕਰ ਰਹੇ ਸੀ ਇਨਫੈਕਟ ਦੋਸਰ ਵੀ ਤੋਂ 21 ਜਿਹੜਾ ਇਨਕਰੀਮੈਂਟ ਹੋਇਆ ਸਿਰਫ ਇਸ ਕਰਕੇ ਰੈਨੋਵੇਸ਼ਨ ਹੋ ਰਹੀ ਹੈ ਬਿਕ ਰਹੀ ਹੈ ਰੈਨੋਵੇਸ਼ਨ 21 ਤੋਂ ਬਾਅਦ ਬਿਲਡਰਸ ਨੇ ਡਿਵੈਲਪਰਸ ਨੇ ਬਿਲਡਰਸ ਨੇ ਪ੍ਰਾਈਸ ਇਨਕਰੀਮੈਂਟ ਕਰਨਾ ਸ਼ੁਰੂ ਕੀਤਾ ਕਿਉਂਕਿ ਇਹ ਤਾਂ ਬਹੁਤ ਤੇਜ਼ ਹੋ ਰਹੀ ਹੈ ਮਾਰਕੀਟ ਉਹਨਾਂ ਨੇ ਮਾਰਕੀਟ ਤੇਜ਼ ਕਰ ਪ੍ਰਾਈਸ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਜੋ ਬਿਲਡਿੰਗ ਦੀ ਪ੍ਰਾਈਸ ਤੇਜ਼ ਹੁੰਦੀ ਹੈ ਰੀਸਲਿੰਗ ਪਰ ਪ੍ਰਾਈਸ ਆਪਣੇ ਆਪ ਉਹਦੇ ਨਾਲ ਰਿਸਪੌਂਡ ਕਰਦੀ ਹੈ ਤੇ ਉਸ ਕਰਕੇ ਮਾਰਕੀਟ ਜਿਸੀ ਕੋਈ ਬੇਇਤਹਾਸ਼ਾ ਤੇਜ਼ੀ ਵੇਖੀ ਹੈ ਜੀ ਤੇ ਉਸੇ ਰੀਜ਼ਨ ਸਪਲਾਈ ਡਿਮ 100% ਦੀ ਸਪਲਾਈ ਡਿਮਾਂਡ ਜੋ ਹੋਏ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੋਈ ਲੋਕ ਲੋਕਾਂ ਨੂੰ ਘਰੋਂ ਕੰਮ ਕਰਨਾ ਪਿਆ। ਮਿਸਾਲ ਦੇ ਤੌਰ ਤੇ ਜਿਸ ਘਰ ਵਿੱਚ ਹਸਬੰਡ ਵਾਈਜ਼ ਦੋਨੋਂ ਨੌਕਰੀ ਕਰਦੇ ਨੇ ਇੱਥੇ ਦੋ ਬੱਚੇ ਨੇ ਚਾਰ ਲੋਕ ਰਹਿੰਦੇ ਨੇ ਤੇ ਚਾਰ ਲੋਕ ਜਦੋਂ ਘਰੋਂ ਕੰਮ ਕਰ ਰਹੇ ਹੋਣ ਆਨਲਾਈਨ ਪੜ ਰਹੇ ਹੋਣ ਜਾਂ ਕੰਮ ਕਰ ਰਹੇ ਹੋਣ ਤੇ ਉਹਨਾਂ ਨੂੰ ਚਾਰਾਂ ਨੂੰ ਪ੍ਰਾਈਵੇਸੀ ਚਾਹੀਦੀ ਹੈ ਕਿਉਂਕਿ ਜਦ ਤੁਸੀਂ ਗੱਲ ਕਰ ਰਹੇ ਹੋ ਇੱਕ ਬੰਦਾ ਫੋਨ 'ਤੇ ਹੈ, ਇੱਕ ਕਲਾਸ ਵਿੱਚ ਹੈ ਤੇ ਸ਼ੋਰ ਸ਼ਰਾਬਾ ਉਹਦਾ ਤੇ ਤੁਸੀ ਦਿੱਕਤ ਹੁੰਦੀ ਸੋ ਜਿਹੜੇ ਛੋਟੀ ਜਗ੍ਹਾ ਚ ਰੋ ਰਹੇ ਸੀ ਕਹਿੰਦੇ ਇੱਥੋਂ ਜਗ੍ਹਾ ਵੱਡੀ ਹੋ ਜਾਏ ਮੇਰੇ ਕੋਲ 1500 ਸਕਰ ਫੁੱਟ ਦਾ ਘਰ ਹੈ ਮੈਂ 2000 ਲੈਣਾ ਵਾ ਤਾਂ ਕਿ ਮੈਂ ਇੱਕ ਕਮਰੇ ਚ ਮੇਰੀ ਵਾਈਫ ਕੰਮ ਕਰ ਸਕੇ ਬੱਚਿਆਂ ਨੂੰ ਡਿਸਟਰਬੈਂਸ ਨਾ ਹੋਏ ਹਰ ਇੱਕ ਨੇ ਸੋਚਿਆ ਕਿ ਮੈਂ ਥੋੜਾ ਜਿਆਦਾ ਵੱਡਾ ਕਰਨਾ ਜਾਂ ਕੁਝ ਲੋਕਾਂ ਨੇ ਸੋਚਿਆ ਕਿ ਮੈਂ ਸ਼ਹਿਰੋਂ ਤੋਂ ਬਾਹਰ ਚਲੇ ਜਾਵਾਂ ਸੋ ਇੱਕ ਬੜਾ ਸਿਗਨੀਫੀਕੈਂਟ ਚੇਂਜ ਜਿਹੜਾ ਹੋਇਆ ਇਸ ਕੋਵਿਡ 19 ਦੇ ਦੌਰਾਨ ਜਿਹੜਾ ਪਿਛਲੇ 2 ਸਾਲ ਵਿੱਚ ਅਸੀਂ ਵੇਖਿਆ ਕਿ ਉਹ ਜਿਹਨੂੰ ਅਸੀਂ ਛੋਟੇ ਸ਼ਹਿਰ ਜਿਹੜੇ ਜਿਹੜੇ ਕਿ ਜੀਟੀਏ ਤੋਂ 100 ਉੱਥੇ ਵੀ ਪ੍ਰਾਈਸ ਇਨਕ੍ਰੀਮੈਂਟ ਸਿਗਨੀਫੀਕੈਂਟ ਇਨਕ੍ਰੀਮੈਂਟ ਹੋਇਆ ਤੇ ਲੋਕ ਜੀਟੀਏ ਤੋਂ ਜਾ ਕੇ ਉਹਨਾਂ ਨੇ ਉੱਥੇ ਘਰ ਖਰੀਦੇ ਮਿਸਾਲ ਦੇ ਤੌਰ ਦੇ ਉੱਤੇ ਕੇਮਬ੍ਰਿਜ ਵਿੰਜ਼ਰ ਲੰਡਨ ਅਸੀਂ ਇਹ ਪ੍ਰਾਈਸ ਇਨਕਰੀਅਸ ਦੇਖਿਆ ਅਸੀਂ ਨਾਰਥ ਵਾਲੇ ਪਾਸੇ ਜੀ ਚਲੇ ਜਾਈਏ ਨਾਰਥ ਵਿੱਚ ਕੁਆਰਥਰ ਲੇਕਸ ਦੇ ਇਲਾਕੇ ਵਿੱਚ ਅਸੀਂ ਬੜਾ ਸਿਗਨੀਫੀਕੈਂਟ ਇਨਕ੍ਰੀਮੈਂਟ ਇਨਕ੍ਰੀਮੈਂਟ ਦੇਖਿਆ ਜੋ ਕਿ ਕਦੀ ਪਹਿਲਾਂ ਨਹੀਂ ਸੀ ਹੋਇਆ ਸੋ ਬਿਲਕੁਲ ਜੀ ਇਹ ਤੁਹਾਡੀ ਗੱਲ ਸੱਚ ਹੈ ਕਿ ਸਪਲਾਈ ਘਟਣੀ ਸ਼ੁਰੂ ਹੋ ਗਈ ਕਿ ਲੋਕਾਂ ਦੀ ਵੱਡੇ ਤੋਂ ਵੱਡੇ ਘਰ ਦੀ ਫਰਮਾਇਸ਼ ਹੋ ਗਈ ਤੇ ਉਸ ਕਰਕੇ ਇਹ ਮਾਰਕੀਟ ਦੇ ਰੇਟ ਵਧਦੇ ਸ਼ੁਰੂ ਹੋ ਗਏ ਜਿਵੇਂ ਅਸੀਂ ਜਿਦਾ ਦੇਖਦੇ ਪਏ ਆ ਕਿ ਪਰਸੈਂਟੇਜ ਇਨਕਰੀਸ ਇਨ ਦ ਇੰਟਰਸਟ ਰੇਟ ਜਿਹੜਾ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਬੈਂਕ ਆਫ ਕੈਨੇਡਾ ਨੇ ਅਨਾਉਂਸ ਕੀਤਾ ਹੈ ਅ ਇਸイヤー ਜੀ ਉਸ ਦਾ ਕੀ ਇਮਪੈਕਟ ਤੁਹਾਡੇ ਹਿਸਾਬ ਨਾਲ ਪਏਗਾ ਦੇਖੋ ਇੱਕ ਕੀ ਹੋਏਗਾ ਤਾਂ ਦੱਸਣਾ ਪਰ ਕਿੰਨਾ ਹੋਏਗਾ ਤਾਂ ਸਾਨੂੰ ਬੜਾ ਮੁਸ਼ਕਲ ਉਹਦੇ ਵਾਸਤੇ ਕ੍ਰਿਸਟਲ ਬਾਲ ਦੀ ਜ਼ਰੂਰਤ ਹੋਏਗੀ ਕਿ ਮੈਂ ਫਿਊਚਰ ਪ੍ਰਡिक्ट ਕਰ ਸਕਾਂ ਮੈਂ ਤਾਂ ਜੀ 2020 ਵਿੱਚ ਵੀ ਫੇਲ ਹੋਇਆ ਸੀ ਮੇਰਾ ਪ੍ਰਡਿਕਸ਼ਨ ਮੈਨੂੰ ਲੱਗਦਾ ਸੀ ਮਾਰਕੀਟ ਥੱਲੇ ਜਾਣੀ ਚਾਹੀਦੀ ਸੀ ਉਹ ਸੋਲਟ ਹੋ ਗਈ ਸੋ ਮੈਂ ਇਹ ਦੱਸ ਸਕਦਾ ਕਿ ਮਾਰਕੀਟ ਥੱਲੇ ਜਾਏਗੀ ਕਿਉਂਕਿ ਪਾਸਟ ਜਿਹੜਾ ਸੀ ਦੇ ਜਿਹੜੀ ਹਿਸਟਰੀ ਨੂੰ ਜੇ ਦੇਖਦੇ ਹਾਂ ਜਦੋਂ ਵੀ ਮਾਰਗੇਜ ਰੇਟਸ ਇਨਕਰੀਜ਼ ਹੁੰਦੇ ਨੇ ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਜਦੋਂ ਰੇਟ ਵਧਣ ਦੇ ਚਾਂਸਸ ਹੁੰਦੇ ਉਹਨਾਂ ਚ ਮਾਰਕੀਟ ਇੱਕ ਤੇਜ਼ੀ ਹੁੰਦੀ ਹੈ ਜਿਵੇਂ ਕਹਿੰਦਾ ਦੀਵਾ ਬੁਝਣ ਤੋਂ ਪਹਿਲੇ ਉਹਦੀ ਲੋ ਤੇਜ਼ ਹੋ ਜਾਂਦੀ ਹੈ ਲੋ ਇਹ ਸਾਰੇ ਲੋਕ ਇਹ ਸੋਚਦੇ ਨੇ ਕਿ ਉਹ ਡੇਟ ਵਧਾ ਲੈ फटाफट ਲੈ ਲਓ ਉਸ ਵੇਲੇ ਮਾਰਕੀਟ ਤੇਜ਼ ਜਾਂਦੀ ਉਛਾਲ ਹੁੰਦਾ ਇੱਕ ਪਰ ਜਦੋਂ ਰੇਟ ਸੱਚਮੁੱਚ ਵੱਧ ਜਾਂਦੇ ਨੇ ਫਿਰ ਸਾਰੀ ਮਾਰਕੀਟ ਇੱਕ ਪਰ ਰੀਕਨਫਿਗਰ ਹੁੰਦੀ ਬੈਠ ਜਾਂਦੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ April ਵਿੱਚ ਅਸੀਂ ਦੇਖਾਂਗੇ ਕਿ ਰੇਟ ਫਿਰ ਇੱਕ ਵਾਰ ਵੱਧਣੀ ਹੈ बार-बार ਇਹ ਗੱਲ ਹੋ ਰਹੀ ਹੈ 1.4% ਹੁੰਦਾ 0.5% ਹੁੰਦਾ ਇਹ ਕੋਈ ਨਹੀਂ ਕਹਿ ਸਕਦਾ ਪਰ ਜੇ 0.5% ਹੋ ਜਾਂਦਾ ਤਾਂ ਯਾਨੀ ਕਿ ਪਿਛਲੇ ਮਹੀਨੇ ਤੋਂ 1% ਵਧਿਆ ਤੇ ਅੱਗੇ ਜਾ ਕੇ 1.5% ਜੇ ਵੱਧ ਜਾਂਦਾ ਤੇ ਪੌਣਾ is a significant change in rate of interest which means ਲੋਕਾਂ ਦੀ ਬਾਇੰਗ ਕਪੈਸਿਟੀ ਘਟ ਜਾਏਗੀ ਨਵੇਂ ਖਰੀਦਣ ਵਾਲਿਆਂ ਦੀ ਮਾਰਗੇਜਸ ਉਸ ਵਾਸਤੇ ਘੱਟ ਅਪਰੂਵ ਹੋਣਗੇ ਸੋ ਅਸੀਂ ਮਾਰਕੀਟ ਦੇ ਵਿੱਚ ਟੂਵਰਡਸ ਐਂਡ ਆਫ ਦਿਸ ਈਅਰ ਅਸੀਂ ਦੇਖਾਂਗੇ ਕਿ ਮਾਰਕੀਟ ਵਿੱਚ ਪ੍ਰੋਪਰਟੀ ਪ੍ਰਾਈਸਸ ਘਟਨੇ ਸ਼ੁਰੂ ਹੋ ਗਏ ਨੇ ਇਸ ਵੇਲੇ ਅਸੀਂ ਆਲਰੇਡੀ ਵੇਖ ਰਹੇ ਹਾਂ ਕਿ ਬਹੁਤ ਸਾਰੀ ਪ੍ਰੋਪਰਟੀਆਂ ਜੋ ਕਿ ਪਹਿਲਾਂ ਦੋ ਦੋ ਚਾਰ ਚਾਰ ਦੇ ਵਿੱਚ ਕਰੀ ਸੀ ਹੁਣ ਵਿਕ ਨਹੀਂ ਰੀਆਂ ਹੁਣ ਉਹ ਟਰਮੀਨੇਟ ਹੁੰਦੀਆਂ ਨੇ ਰੀਲਿਸਟ ਹੁੰਦੀਆਂ ਨੇ ਕੁਝ ਲੋਕ ਪਹਿਲਾਂ ਘੱਟ ਦੇ ਲਗਾਉਂਦੇ ਨੇ ਕਿ ਉਹ ਦਾ ਹੋਪ ਕਿ ਮਲਟੀਪਲ ਆਫਰ ਆਣ ਗਿਆ ਹੁਣ ਉਹ ਰੀਅਲਿਸਟਿਕ ਪ੍ਰਾਈਸ ਤੇ ਲਗਾ ਰਹੇ ਨੇ ਜਾਂ ਜਨਰਲ ਉੱਪਰ ਲਗਾਈ ਸੀ ਉਹਨੂੰ ਘਟਾ ਕੇ ਲਗਾ ਰਹੇ ਨੇ ਸੋ ਬਹੁਤ ਸਾਰੇ ਚੇਂਜਸ ਸੀ ਮਾਰਕੀਟ ਜਿਸ ਵਕਤ ਦੇਖ ਰਹੇ ਆ ਤੇ ਆਨਵਲ ਦੇ ਨਾਲ ਜਿਸੀਂ ਪ੍ਰਾਈਸਸ ਦੇ ਘਟਦੇ ਹੋਏ ਵੇਖਾਂਗੇ ਨਾਰਥ ਅਮਰੀਕਨ ਟ੍ਰੈਂਡ ਜਿਹੜਾ ਚੱਲ ਰਿਹਾ ਸੋਕਰ ਤੇ ਜੇ ਤੁਸੀਂ ਅਗਰ ਦੇਖੋ ਤੇ ਅਮਰੀਕਾ ਦੇ ਵਿੱਚ ਵੀ ਸਿਮਿਲਰ ਟ੍ਰੈਂਡਸ ਹੋਇਆ ਡਿਊਰਿੰਗ ਦਾ ਪੈਂਡੈਮਿਕ ਜੀ ਉਹਨਾਂ ਨੇ ਵੀ ਪਰ ਇਨਕਰੀਸ ਕੀਤਾ ਇੰਟਰਸ ਦੇ ਉਤੇ ਬੈਂਕਾਂ ਨੇ ਤੇ ਜੋ ਮਾਰਕੀਟ ਹੈ ਗਿਆ ਐਸ ਵਾਟ ਵੀ ਨੋ ਕਿ ਜਿਹੜੀ ਡਿਮਾਂਡ ਹੈਗੀ ਹੈ ਹਾਲੇ ਵੀ ਹੈ ਔਰ ਸਪਲਾਈ ਹਾਲੇ ਵੀ ਘਟ ਗਈ ਹੈ ਤੇ ਪ੍ਰਾਈਜ਼ਿੰਗ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਥੱਲੇ ਜਾਏਗੀ ਚਾਂਸਸ ਜਿਸ ਹੈ ਕਾਫੀ ਹੈਗੇ ਬਟ ਐਕਚੁਅਲ ਇੰਪੈਕਟ ਉਹਨਾਂ ਲੋਕਾਂ ਨੂੰ ਪਏਗਾ ਜਿਨ੍ਹਾਂ ਨੇ ਕਾਰ ਬੁੱਕ ਕਰਾਏ ਹੋਏ ਹੈ ਜਿਨ੍ਹਾਂ ਨੇ ਕਾਰ ਉਹਨੇ ਰੀਸੈਂਟਲੀ ਲਏ ਹੈਗੇ ਆ ਐਟ ਅ ਲੋਅਰ ਇੰਟਰਸਟ ਰੇਟ ਜਾਂ ਜਿਨ੍ਹਾਂ ਨੇ ਹੁਣ ਲੈਣੇ ਹੈਗੇ ਆ ਇਨ ਦੀ ਨੈਕਸਟ 1 অর 2 ইয়ারਸ জি ਅਸਿਊਮਿੰਗ ਕਿ ਇੰਟਰਸਟ ਥੱਲੇ ਆ ਗਿਆ ਉਹਨਾਂ ਦੇ ਵਾਸਤੇ ਟਰਬਲ ਨਹੀਂ ਹੋਏਗੀ ਇਨ ਟਰਮਸ ਆਫ ਅਫੋਰਡੇਬਿਲਟੀ ਜੀ ਸੋ ਹੁੰਦਾ ਕੀ ਹੈ ਨਾਰਮਲੀ ਜਿਨ੍ਹਾਂ ਲੋਕਾਂ ਨੇ ਘਰ ਖਰੀਦਨੇ ਰੀਸਲ ਵਿੱਚ ਆਣਾ ਉਹਨਾਂ ਵਿੱਚ ਕੀ ਫਰਕ ਹੋਏਗਾ ਜਿਹਨਾਂ ਨੇ ਬੁਕਿੰਗ ਕਰਾਈ ਉਹਨਾਂ ਦੇ ਕੀ ਫਰਕ ਦੋਨੋਂ ਅਨਲਾਈਜ਼ ਕਰ ਲੈਣਾ ਜਿਨ੍ਹਾਂ ਲੋਕਾਂ ਦੇ ਘਰ ਆਉਣ ਵਾਲੇ 6 ਮਹੀਨੇ ਚ 8 ਮਹੀਨੇ ਚ ক্লোਜ਼ ਹੋਣੇ ਨੇ ਉਹਨਾਂ ਦੇ ਵਾਸਤੇ ਕਿਉਂਕਿ ਰੇਟ ਇਨਕਰੀਜ਼ ਹੋ ਗਿਆ ਉਹਨਾਂ ਨੇ ਪਲਾਨ ਕੀਤਾ ਸੀ ਕਿ ਮੈਂ ਇਨਵਰਸ ਅਪਰੂਵਲ ਹੋਣਾ ਹੈ ਅਪਰੂਵ ਮੇਰਾ ਹੋਣਾ ਹੈ ਤੇ ਅਪਰੂਵਲ ਨਹੀਂ ਹੋਣਗੇ ਉਹਨਾਂ ਦੇ ਉਦੋਂ ਦਿੱਕਤ ਆਏਗੀ ਜਦੋਂ ਅਪਰੂਵਲ ਨਹੀਂ ਹੋਏਗਾ ਤੇ ਫਿਰ ਬੜੀ ਵੱਡੀ ਕਿ ਪ੍ਰੋਬਲਮ ਆਉਂਦੀ ਹੈ ਫਿਰ ਉਹਨਾਂ ਨੂੰ ਆਪਣੀ ਐਗਜ਼ਿਸਟਿੰਗ ਪ੍ਰਾਪਰਟੀਆਂ ਵੇਚਣੀਆਂ ਪੈਣਗੀਆਂ ਜਿਹੜੇ ਕਹਿੰਦੇ ਸੋਚਦੇ ਲੋਕ ਕਿ ਮੈਂ ਐਗਜ਼ਿਸਟਿੰਗ ਵੀ ដាក់ ਲਾਉਂਗਾ ਨੂੰ ਕਿਰਾਏ ਤੇ ਦੇ ਦਿਆਂਗਾ ਤਾਂ ਅਗਲਾ ਕਰ ਖੇਦਾਂਗਾ ਜਦੋਂ ਉਹਨਾਂ ਕੋਲ ਕੈਸ਼ ਫਲੋ ਘਟੇਗਾ ਤਾਂ ਉਹਨੂੰ ਪ੍ਰਾਪਰਟੀ ਵੇਚਣੀ ਪੈਗੀ ਤੇ ਉਹ ਜੋ ਲਾਸਟ ਮਿੰਟ ਤੱਕ ਇਹ ਵੇਚਣਗੇ ਤੇ ਜ਼ਾਹਿਰ ਕਰ ਲੈ ਜਿਹੜਾ ਬਾਹਰ ਹੈ ਉਹਦੀ ਵੀ ਅਪਰੂਵਲ ਕਰਾਟ ਅਮਾਊਂਟ ਦੀ ਹੋ ਰਹੀ ਹੈ ਉਹ ਇੱਕ ਘੱਟ ਰੇਟ ਤੇ ਵੇਚੇਗੀ ਸੋ ਉਹ ਇੱਕ ਸੈਗਮੈਂਟ ਆਫ ਮਾਰਕੀਟ ਜਿਹੜਾ ਹੈ ਜਿਹਨੂੰ ਇਫੈਕ ਉਹਨਾਂ ਨੇ ਖਰੀਦਿਆ ਕੋਈ ਗੱਲ ਨਹੀਂ ਜੀ ਉਹਨਾਂ ਦੀ ਪ੍ਰੋਪਰਟੀ ਪ੍ਰਾਈਸ ਵਰਚੂਅਲੀ ਘਟੇਗੀ ਹੋ ਸਕਦਾ ਜੀ ਇਹਨੇ ਮੰਨ ਲਓ 10 ਲੱਖ ਰੈਂਦੀ ਆ ਹੋ ਸਕਦੀ ਲੈਟਸ ਸੇ 9 ਲੱਖ ਰੈਂਦੀ ਆ ਫੋਰ ਦਾ ਸੇਕ ਆਫ ਅਰਗੂਮੈਂਟ ਜੋ ਵੇਚ ਨਹੀਂ ਰਿਆ ਤਾਂ 9 ਲੱਖ ਰੈਂਦੀ ਹੈ 11 ਲੱਖ ਰੈਂਦੀ ਉਹਨਾਂ ਕੋਈ ਫਰਕ ਨਹੀਂ ਪੈਂਦਾ ਉਹ ਵਰਚੂਅਲ ਇਨਕਰੀਮੈਂਟ ਹੈ ਉਹ ਵਰਚੂਅਲ ਡਿਕਰੀਜ਼ ਹੈ ਇਫ ਨਾਰਮਲੀ ਜਦੋਂ ਅਸੀਂ ਦੇਖਦੇ ਹਾਂ ਕੈਨੇਡਾ ਦੀ ਹਿਸਟੋਰਿਕ ਵੈਲਿਊਜ਼ ਦੀ ਗੱਲ ਕਰੀਏ ਕੈਨੇਡਾ ਵਿੱਚ ਕਿਧਰੇ ਵੀ ਕਿਸੇ ਵੀ ਸ਼ਹਿਰ ਵਿੱਚ ਤੁਸੀਂ ਦੇਖਦੇ ਹਾਂ 5 ਸਾਲ ਦੀ ਜਦੋਂ ਐਵਰੇਜ ਦੇਖਿਆ ਉਸ ਦਿਨ ਕਿ ਜੇ ਮੈਂ ਕਰਾਂਗੇ ਸਾਲ ਥੱਲੇ ਜਾਏਗੀ ਤੇ ਸਾਲ ਹੋਰ ਥੱਲੇ ਚਲੇ ਗਿਆ ਉਸ ਤੋਂ ਉੱਪਰ ਚਲੇ ਜਾਏ ਸੋ ਜੋ ਹਿਸਟੋਰੀਕਲੀ 5 ਸਾਲ ਤੀ ਜਦੋਂ ਐਵਰੇਜ ਦੇਖਦੇ ਆ ਨਾ 5 ਸਾਲ ਬਾਅਦ ਉਹਨੂੰ ਲੱਗੇਗਾ ਕਿ ਵੀ ਆਰ ਐਵਰੇਜ ਹਨ ਗਰੋਥ 4.5% ਦੇ ਕਰੀਬ ਹੈ 4.62 ਜਾਂ 3% ਹੈ ਜਿਹੜੀ ਸਾਨੂੰ ਸਾਲਾਨਾ ਗਰੋਥ ਮਿਲਦੀ ਹੈ ਯਾਨੀ ਅੱਜ ਇਹ ਘਟ ਵੀ ਜਾਂਦੀ ਹੈ ਘਬਰਾਣ ਦੀ ਲੋੜ ਨਹੀਂ 5 ਸਾਲ ਦਾ ਤੁਸੀਂ ਫੇਰ ਵਾਪਸ ਆਪਣੀ 22-24% ਦੀ ਗਰੋਥ ਤੇ ਤੁਸੀਂ ਅੱਗੇ ਖੜੇ ਹੋ ਜਾਓਗੇ ਲੇਕਿਨ ਪੈਨਿਕ ਕੀ ਤੇ ਕ੍ਰੇਟ ਮਾਰਕੀਟਿੰਗ ਹੋਈ ਜਾਂਦੀ ਹੈ ਜਦੋਂ ਤੇ ਤੁਸੀਂ ਅਗਰ 1000 ਡਾਲਰ ਦਾ ਕਾਰ ਲਿਆ ਹੈਗਾ ਤੇ ਉਹ ਤੁਹਾਡਾ ਜਿਹੜੀ ਤੁਸੀਂ ਡਾਊਨ ਪੇਮੈਂਟ ਦਿੱਤੀ ਸੀ 180000 200000 ਉਹ ਜੋ 100000 ਡਾਲਰ ਨਿਕਲ ਜਾਂਦੇ ਵਾਰ ਤੇ ਇੱਕ ਪੈਨਕੀ ਕ੍ਰੀਏਟ ਹੋ ਜਾਂਦੀ ਮਾਰਕੀਟ ਦੇ ਵਿੱਚ ਕਿ ਮੈਂ ਤੇ 1 ਲੱਖ ਡਾਲਰ ਲੂਜ਼ ਕਰ ਲਿਆ ਜੀ ਤੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਕੁਝ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਸਟੇ ਸਟੇ ਜੀ ਸਟੇ ਕਾਮ ਜਦੋਂ ਵੱਧੇ ਨਾ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਵਰਚੁਅਲ ਤੁਸੀਂ ਉਹਨੂੰ ਯੂਜ਼ ਨਹੀਂ ਕਰ ਰਹੇ ਮਿਸਟਰ ਤੁਹਾਡੀ ਘਰ ਦੀ ਪ੍ਰਾਈਸ ਵੱਧ ਜਾਂਦੀ ਲੈਟਸ ਸੇ ਤੁਸੀਂ ਮਿਲਣ ਦਾ ਘਰ ਖਰੀਦਿਆ 12 ਲੱਖ ਦਾ ਹੋ ਜਾਂਦੇ ਆ ਤੁਸੀਂ ਯੂਜ਼ ਨੇ ਕਰੇ ਇਕਵਿਟੀ ਹੈ ਤੁਹਾਨੂੰ ਤੁਹਾਨੂੰ ਲੱਗਦਾ ਕਿ ਮੈਂ ਸੇਫ ਹਾਂ ਮੈਂ ਕੰਫਰਟੇਬਲ ਹਾਂ ਉਸ ਸਮੇਂ ਚੱਲੇ ਜਾਂਦੇ ਤਾਂ ਲੱਗਦਾ ਮੈਂ ਅਨਕੰਫਰਟੇਬਲ ਹਾਂ ਉਦੀ ਫਿਕਰ ਨਾ ਕਰੋ ਘਰ ਜਿਹੜਾ ਹੈ ਮੋਡ ਆਫ ਇਨਵੈਸਟਮੈਂਟ ਦੀ ਤਰ੍ਹਾਂ ਨਾ ਦੇਖੋ ਉਹਨੂੰ ਤਾਂ ਉਹਨੂੰ ਪਲੇਸ ਆਫ ਅਬੋਡ ਰਹਿਣ ਦੀ ਜਗ੍ਹਾ ਵਾਂਗੂ ਵੇਖੋਗੇ ਤਾਂ ਬੜਾ ਚੰਗੇ ਰਹੋਗੇ ਫਸਣਗੇ ਸਿਰਫ ਉਹ ਲੋਗੇ ਸਭ ਵਿੱਚ ਜਿਨ੍ਹਾਂ ਦਾ ਵੇਚਣਾ ਮਜਬੂਰੀ ਹੈ ਜਿਨ੍ਹਾਂ ਦੇ ਲਈ ਵੇਚਣਾ ਮਜਬੂਰੀ ਬਣ ਜਾਂਦੀ ਕਿਸੇ ਜੌਬ ਚਲੀ ਜਾਂਦੀ ਹੈ ਕਿਸ ਨੂੰ ਮੂਵ ਕਰਨਾ ਪੈਂਦਾ ਹੈ ਕਿਸੇ ਦੂਸਰੇ ਸ਼ਹਿਰ ਵਿੱਚ ਜਾਂ ਜਿਹਨੇ ਬੁੱਕ ਕਰਵਾ ਰੱਖਿਆ ਹੈ ਉਹਨਾਂ ਨੂੰ ਦਿੱਕਤ ਹੈਗੀ ਜਨ ਖਾਸ ਤੌਰ ਤੇ ਜਿਹਨਾਂ ਨੇ ਬੁੱਕ ਕਰਵਾਇਆ ਉਹਨਾਂ ਉਸੇ ਇੱਕ ਉਹਨਾਂ ਨੂੰ ਪ੍ਰੋਬਲਮ ਕਿੱਥੇ ਆਏਗੀ ਜਦੋਂ ਅਪ੍ਰੇਜ਼ਲ ਵਾ ਜਦੋਂ ਪ੍ਰਾਈਸ ਕੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਜਦੋਂ ਮਾਰਗੇਜ ਉਸੇ ਅਪ੍ਰੇਜ਼ਨ ਹੁੰਦੀ ਲੈਟਸ ਸੋ ਤੁਸੀਂ ਅੱਜ ਖਰੀਦਿਆ 2 ਸਾਲ ਪਹਿਲਾਂ ਖਰੀਦਿਆ ਸੀ 1.5 ਲੱਖ 1.5 ਮਿਲੀਅਨ ਡਾਲਰ ਦਾ ਕਰ ਖਰੀਦਿਆ ਸੀਗਾ ਜਦੋਂ ਬੈਂਕ ਦਾ ਅਪ੍ਰੇਜ਼ਨ ਅਪ੍ਰੇਜ਼ ਕਰੇਗਾ ਹੋ ਸਕਦਾ 1.5 ਦੀ ਅਪ੍ਰੇਜ਼ਨ ਨਾ ਆਵੇ ਉਹ ਹੋ ਸਕਦਾ ਤੇ ਤੁਹਾਨੂੰ ਉਹ ਐਕਸਟਰਾ ਮਨੀ ਜਿਹੜੀ ਤੁਹਾਨੂੰ ਆਪਣੀ ਜੇਬ ਚੋਂ ਪਾਣੀ ਪੈਗੀ ਉਹ ਉਹਨਾਂ ਲੋਕਾਂ ਨੂੰ ਉਸੇ ਪ੍ਰੋਬਲਮ ਹੈ ਆਦਰਵਾਇਸ ਜੇ ਤੁਸੀਂ ਘਰ ਵਿੱਚ ਰਹ ਰਹੇ ਹੋ ਜੇ ਇਹ ਸਿਰਫ ਖੁਸ਼ ਹੋਣ ਜਾਂ ਉਦਾਸ ਹੋਣ ਵਾਲੀ ਗੱਲ ਹੈ ਕਿ ਮੇਰੇ ਘਰ ਦੀ ਕੀਮਤ ਵੱਧ ਗਈ ਜਾਂ ਮੇਰੇ ਘਰ ਦੀ ਕੀਮਤ ਘਟ ਗਈ ਪਤਾ ਨਹੀਂ ਗਿਆ ਠੀਕ ਹੈ ਜਿਹੜੇ ਲੋਕ ਆ ਉਸ ਘਰ ਦੇ ਵਿੱਚ ਰਹ ਰਹੇ ਹੋ ਉਸ ਪ੍ਰਾਪਰਟੀ ਜਿਹੜਾ ਰਹੇ ਜਿਹਨਾਂ ਨੇ ਬਾਈ ਕੀਤੀ ਸੀਗੀ ਬੜੇ سارے ਲੋਕ ਹੈਗੇ ਜਿਨ੍ਹਾਂ ਨੇ ਇਨਵੈਸਟਮੈਂਟ ਪ੍ਰਾਪਰਟੀ ਨਹੀਂ ਲਈਆਂ ਸੀ ਜੀ ਲੋ ਪਰਸੈਂਟੇਜ ਇੰਟਰਸਟ ਨੂੰ ਦੇਖਦੇ ਹੋਏ ਡਾਊਨ ਪੇਮੈਂਟ ਦਿੱਤੇ ਸੀ ਕਿ ਉਹ ਡਾਊਨ ਪੇਮੈਂਟ ਉਹਨਾਂ ਦੀ ਵੈਨਿਸ਼ ਹੋ ਜਾਏਗੀ ਸੋ ਤੁਸੀਂ ਜਿਸ ਕਾਲ ਦਾ ਜਵਾਬ ਬੜਾ ਸਟ੍ਰੇਟ ਫਾਰਵਰਡ ਹੈ ਮੈਂ ਹਮੇਸ਼ਾ ਇਨਵੈਸਟਰਸ ਨੂੰ ਜਿਹੜੇ ਪ੍ਰੂਡੈਂਟ ਇਨਵੈਸਟਰ ਜਿਹੜੇ ਸਿਆਣੇ ਇਨਵੈਸਟਰਸ ਹੈ ਉਹ ਇਹ ਚੀਜ਼ ਦੇਖਦੇ ਨੇ ਕਿ ਮੇਰੀ ਪ੍ਰਾਪਰਟੀ ਦੀ ਜਿਹੜੀ ਪਰਚੇਸ ਪ੍ਰਾਈਸ ਹੈ ਕੀ ਉਹ ਕੈਰੀ ਕਰੇਗੀ ਆਪਣੇ ਆਪ ਜੇ ਨੂੰ ਮੈਂ ਰੈਂਟ ਕਰਦਾ ਮਿਸਾਲ ਦੇ ਤੌਰ ਤੇ ਉਤੇ ਮੇਰੀ ਜਿਹੜੀ ਪ੍ਰਾਪਰਟੀਆਂ ਮੈਂ ਆਪ ਇਨਵੈਸਟਰ ਰਹੇਗਾ ਮੈਂ ਆ ਪ੍ਰਾਪਰਟੀਆਂ ਬਾਈ ਕਰਦਾ ਮੇਰੀ ਕੋਈ ਵੀ ਪ੍ਰਾਪਰਟੀ 네ਗੇਟਿਵ ਕੈਸ਼ ਫਲੋ ਪ੍ਰਾਪਰਟੀ ਨਹੀਂ ਹੋ ਸਕਦੀ ਜਾਂ ਤਾਂ ਪੋਜ਼ਿਟਿਵ ਕੈਸ਼ ਫਲੋ ਹੋਏਗੀ ਜਾਂ ਐਟਲੀਸਟ ਬ੍ਰੇਕ ਇਵਨ ਕਰ ਰਹੀ ਹੈ ਲੈਟਸ ਸੇ ਮੈਂ ਬ੍ਰੇਕ ਇਵਨ ਪ੍ਰਾਪਰਟੀ ਦਾ ਐਗਜ਼ਾਮਪਲ ਹੈ ਨਾ ਜਿਹਦੇ ਸਾਰੇ ਖਰਚੇ ਪਾ ਕੇ ਮੇਰੀ ਕਾਸਟ ਲੈਟਸ ਸੇ 3000 ਡਾਲਰ ਹੈ ਜਸ ਫॉर द ਸੇਕ ਆਫ ਆਰਗੂਮੈਂਟ 3000 ਡਾਲਰ ਮੇਰੀ ਪ੍ਰਾਪਰਟੀ ਦੀ ਕੈਰਿੰਗ ਕਾਸਟ ਹੈ ਹੁਣ ਉਹ ਜਿਹੜੀ 3000 ਵਾਲੀ ਜਿਹੜੀ ਕੈਰਿੰਗ ਕਾਸਟ ਵਾਲੀ ਪ੍ਰਾਪਰਟੀ ਹੈ ਉਹਦੀ ਲੈਟਸ ਸੇ ਮੇਰੀ ਮਾਰਗੇਜ ਰੇਟ ਵੱਧ ਜਾਂਦਾ ਹੈ ਇਹੀ ਹੋਏਗਾ ਜੇ ਮਾਰਗੇਜ ਰੇਟ ਵੱਧ ਗਿਆ ਪ੍ਰਾਪਰਟੀ ਪ੍ਰਾਈਸ ਘਟ ਗਈ ਪ੍ਰਾਪਰਟੀ ਪ੍ਰਾਈਸ ਘਟ ਗਈ ਮੈਂ ਵੇਚ ਨਹੀਂ ਰਿਹਾ ਮਾਰਗੇਜ ਰੇਟ ਵੱਧ ਗਿਆ ਮਾਰਗੇਜ ਰੇਟ ਵਧਣ ਨਾਲ ਮੇਰੀ ਇਨਸਟਾਲਮੈਂਟਸ ਨਹੀਂ ਵਧੀਆਂ ਹੁੰਦਾ ਕੀ ਹੈ ਸਿਰਫ ਦੋ ਚੀਜ਼ਾਂ ਹੁੰਦੀਆਂ ਜੇ ਤੁਸੀਂ ਵਰੀਏਬਲ ਰੇਟ ਤੇ ਹੋ ਤੇ ਤੁਹਾਡਾ ਜੋ ਬੈਂਕ ਤੁਹਾਡੇ ਜਿਹੜਾ ਪ੍ਰਿੰਸੀਪਲ ਪੋਰਸ਼ਨ ਘਟਾ ਦਿੰਦਾ ਤੁਹਾਡੀ ਪੇਮੈਂਟ ਦਾ ਇੰਟਰਸ ਪੋਰਸ਼ਨ ਵਧਾ ਦਿੰਦਾ ਕਿਸ਼ ਤੁਹਾਡੀ ਹੁੰਨੀ ਰਹਿੰਦੀ ਹੈ ਜੇ ਤੁਸੀਂ ਫਿਕਸਡ ਰੇਟ ਤੇ ਹੋ ਫਿਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤੁਹਾਨੂੰ ਉਦੋਂ ਪਾਏਗਾ ਜਦੋਂ ਤੁਹਾਡੀ ਰੀਨਿਊਅਲ ਤੇ ਆ ਜਾਓਗੇ ਸੋ ਰੀਨਿਊਅਲ ਤੇ ਜਦੋਂ ਆਓਗੇ ਉਹ ਦੇਖਾਂਗੇ ਹਜੇ ਕੋਈ ਘਬਰਾਉਣ ਵਾਲੀ ਕੋਈ ਗੱਲ ਹੀ ਨਹੀਂ ਹੈ ਜੀ ਨਹੀਂ ਬਹੁਤ ਸਾਰੇ ਲੋਕ ਕਹਿੰਦੇ ਮੈਂ ਸੇਮ ਸਵਾਲ ਦੁਬਾਰਾ ਦੂਸਰੇ ਤਰੀਕੇ ਦੇ ਨਾਲ ਪੁੱਛਦਾ ਕੀ ਮੈਂ ਡਾਊਨ ਪੇਮੈਂਟ ਦਿੱਤੀ ਸੀਗੀ 10% ਇੱਕ ਬਿਲਡਰ ਜਦੋਂ ਮੈਂ ਪ੍ਰਾਪਰਟੀ ਬੁੱਕ ਕੀਤੀ ਸੀਗੀ ਜੀ ਮਿਲੀਅਨ ਡਾਲਰ ਦੀ ਰਾਈਟ ਤੇ ਮੈਨੂੰ ਉਸ ਦੀ ਜਿਹੜੀ ਕਲੋਜ਼ਿੰਗ ਹੈਗੀ ਆ 2024 ਵਿੱਚ ਹੈਗੀ ਆ ਜੀ ਤੇ ਅਗਲੇ 2 ਸਾਲਾਂ ਵਿੱਚ ਹੁਣ 22 2022 ਚੱਲ ਰਿਹਾ ਇੰਟਰਸਟਡ ਵਾਦ ਗਏ 22 ਦੇ ਵਿੱਚ ਵਦ ਗਏ 23 ਦੇ ਵਿੱਚ ਵਦ ਗਏ 24 ਦੇ ਵਿੱਚ ਨਹੀਂ ਵੀ ਵਧੇ ਬਟ 22 ਤੇ 23 ਦਾ ਜਿਹੜਾ ਇੰਪੈਕਟ ਪਿਆ ਉਸ ਦੇ ਨਾਲ ਪ੍ਰਾਪਰਟੀ ਦੀ ਕੀਮਤ ਘਟ ਗਈ ਬਿਲਡਰ ਨੇ ਵੀ ਜਿਹੜਾ ਪ੍ਰਾਈਸ ਹੈਗਾ ਉਹ ਘਟਾਤਾ ਜਾਂ ਉਸੇ ਸੇਮ ਬਿਲਡਿੰਗ ਦੇ ਵਿੱਚ ਜਿਹੜੇ ਹੋਰ ਬੰਦੇ ਆ ਉਸ ਪ੍ਰਾਪਰਟੀ ਨੂੰ ਲੱਖ ਡਾਲਰ ਡੇਢ ਲੱਖ ਡਾਲਰ ਘੱਟ ਸਸਤੇ ਵਿੱਚ ਵੇਚਦੇ ਪਏ ਆ ਹਾਂਜੀ ਤੇ ਮੇਰੀ ਜਿਹੜੀ ਇਨਵੈਸਟਮੈਂਟ ਮੈਂ ਲੱਖ ਡਾਲਰ ਦਿੱਤਾ ਸੀਗਾ ਬੁਕਰਾਂ ਦਾ ਮੇਰੀ ਤਾਂ ਇਨਵੈਸਟਮੈਂਟ ਜ਼ੀਰੋ ਹੋ ਗਈ ਬਿਲਕੁਲ ਸੋ ਬਿਲਕੁਲ ਤੁਸੀਂ ਸਹੀ ਜਗ੍ਹਾ ਤੇ ਹਿੱਟ ਕੀਤਾ ਹੈ ਜਿਹੜੇ ਸਪੈਕੂਲੇਟਰਸ ਨੇ ਜਿਹੜੇ ਸਪੈਕੂਲੇਟਿਵ ਬਾਇੰਗ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਇਸ ਪ੍ਰਾਪਰਟੀ ਦਾ ਉਹੀ ਮਾਰਕੀਟ ਦਾ ਸੈਗਮੈਂਟ ਸਭ ਤੋਂ ਵਲਨਰੇਬਲ ਹੈ ਉਹੀ ਸਭ ਤੋਂ ਵੱਧ ਖਤਰੇ ਵਿੱਚ ਹੈ ਮਾਰਕੀਟ ਦਾ ਉਹ ਸੈਗਮੈਂਟ ਉਹ ਦੇਖੋ ਜੀ ਇਹ ਗੱਲ ਸੱਚੀ ਹੈ ਜਦੋਂ ਪ੍ਰਾਪਰਟੀ ਤੁਸੀਂ ਲੈਂਦੇ ਉਹਨੂੰ ਮਿਲਣ ਡਾਲੇ ਜਾਂਦੇ ਜਦੋਂ 2 ਲੱਖ ਵੱਧਾ ਉਦੋਂ ਕੋਈ ਨਹੀਂ ਕਹਿੰਦਾ ਕਿ ਮੇਰੇ ਤੇ ਬਿਲਡਰ ਦੇ ਕੋਈ ਐਸੀ ਬੜ ਵੱਧ ਗਏ ਤੇ ਬਹੁਤ ਵਧੀਆ ਹੋ ਗਿਆ ਜਦੋਂ ਘਟਦਾ ਤਾਂ ਬੜਾ ਦਿਲ ਨਾਲ ਘਟਣ ਲੱਗ ਜਾਂਦਾ ਹੈ ਸੋ ਇਹ ਵਾਕਈ ਪ੍ਰੋਬਲਮ ਹੋਏਗੀ ਜਾਂ ਤਾਂ ਉਹ ਲੋਕ ਉਹਨਾਂ ਰੋਕਣ ਤੋਂ ਉਸੇ ਦੋ ਸੋਲੂਸ਼ਨ ਰਹਿ ਜਾਣਗੇ एक सोल्यून रह जाएगा कि वो बिल्डर कौन कह मैं तो नहीं ले रहा है। बिल्डर कहेगा गया जैसा मैंने डैमेज हो गए वो होर वास्तु सू करेगा नॉर्मली या बिल्डर कई बार क्यों कुछ बिल्डर डिस्काउंट करते हैं प्रॉपर्ट कच्छा तो प्रॉपर्टी प्राइस न एक, एक लख घई है अभी चलो पच्ची तीस हज़ार तौर तो घटा देंगे प्रा प्रॉपर्ट प्राइस बाकी तुम्हें अपने आप अरेज करो तुम तो करना पैसा है तीसरा तरीका क्या कि जोड़े बहुत सारे इन्वैसटर्स ने जोड़े ਉਹ ਕਹਿੰਦੇ ਅੱਛਾ ਤੂੰ ਤੁਸੀਂ ਛੱਡਣਾ ਚਾਹਦੇ ਪ੍ਰਾਪਰਟੀਜ਼ ਵੇਚਿਆ ਕਰੋ ਬਿਲਡਰ ਤੁਹਾਨੂੰ ਤੁਹਾਨੂੰ ਤੁਸੀਂ ਛੱਡੋਗੇ ਤੇ ਬਿਲਡਰ ਤੁਹਾਨੂੰ ਸੂ ਵੀ ਕਰੇਗਾ ਲੱਖ ਡਾਲਰ ਵੀ ਤੁਹਾਡੇ ਕੋਲ ਆਏਗਾ ਤੁਸੀਂ ਇਸ ਤਰ੍ਹਾਂ ਕਰੋ ਮੈਂ ਤੁਹਾਡੇ ਕੋਲ ਡਿਸਕਾਊਂਟ ਤੇ ਪ੍ਰਾਪਰਟੀ ਬਾਈ ਕਰ ਲਵਾਂਗਾ ਤੁਸੀਂ ਆਪਣਾ ਡਿਪੋਜ਼ਿਟ ਛੱਡ ਦਿਓ ਮੈਂ ਐਜ਼ ਇਟ ਇਜ਼ ਬਾਈ ਕਰ ਲਵਾਂਗਾ ਤੁਸੀਂ ਲੂਜ਼ ਕਰੋਗੇ ਪ੍ਰਾਪਰ ਬਿਲਕੁਲ ਜਿਵੇਂ ਜੋ ਨਾ ਲੋਕਾਂ ਨੇ ਬੁੱਕ ਰਿਹਾ ਪੈਸਾ ਲੂਜ਼ ਵੀ ਕਰਨਗੇ ਇਹ ਅਕਸਰ ਜੋ ਡਾਊਨਫਾਲ ਵਾਲੀ ਮਾਰਕੀਟ ਇਚ ਇਹ ਹੁੰਦਾ ਪਰ ਕਿੰਨੀ ਕੀ ਡਾਊਨ ਹੁੰਦੀ ਹੈ ਇਹ ਉਸ ਤੇ ਡਿਪੈਂਡ ਕਰਦਾ ਹੈ ਅੱਜ ਫਿਲਹਾਲ ਅੱਜ ਦੀ ਤਾਰੀਖ ਵਿੱਚ ਉਹਨੇ ਵੱਡੇ ਪੈਨਿਕ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਪਰ ਹਾਂ ਹੁਣ ਤੋ ਤਿੰਨ ਜਾਂ ਚਾਰ ਮਹੀਨੇ ਬਾਅਦ ਨਜ਼ਰ ਆਉਂਦੀ ਹੈ ਤੇ ਫਿਰ ਇਹ ਵਾਕਈ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੋ ਜਾਏਗਾ ਨਿਊਜ਼ਿਕ ਆਈ ਹੈ ਮਨੂੰ ਦੋ ਮੈਂ ਨਿਊਜ਼ ਕੰਪਨੀ ਦੇ ਵਿੱਚ ਕੰਮ ਕਰਦਾ ਅਸੀਂ ਨਾਰਮਲੀ ਨਿਊਜ਼ ਨੂੰ ਆਥੈਂਟੀਕੇਟ ਕਰੀਦਾ ਹੈ ਤੇ ਸਾਡਾ ਹਮੇਸ਼ਾ ਤੋਂ ਇੱਕ ਪੱਖ ਰਿਹਾ ਹੈ ਕਿ ਅਸੀਂ ਸਿਰਫ ਆਥੈਂਟੀਕੇਟਿਡ ਨਿਊਜ਼ ਦੇ ਬਾਰੇ ਵਿੱਚ ਗੱਲ ਕਰੀਏ ਸੋ ਸਪੈਕੂਲੇਟਿਡ ਨਿਊਜ਼ ਦੇ ਬਾਰੇ ਗੱਲ ਨਾ ਕਰੀਏ ਜੀ ਰਾਈਟ ਸਪੈਕੂਲੇਸ਼ਨ ਤੇ ਬਾਜ਼ਾਰ ਵਿੱਚ ਬਹੁਤ ਸਾਰੇ ਆ ਗਏ ਆ ਕਈ ਸਪੈਕੂਲੇਸ਼ਨਸ ਹੈਗੇ ਆ 30 ਟੂ 40% ਡਿਕਰੀਸ ਇਨ ਦਾ ਮਾਰਕੀਟ ਪ੍ਰਾਈਸ ਹਾਂ ਜੀ ਪ੍ਰਾਈਸ ਇੰਡੈਕਸ ਜਿਹੜਾ ਰੀਸਟੇਟਡ ਹੈ 30 ਤੋਂ 40% ਕੱਟ ਜਾਏਗਾ ਅ ਵਿਦ ਦਾ ਇੰਟਰਸਟ ਰੇਟ ਇਨਕਰੀਜ਼ਿੰਗ ਵਿਦ ਦਾ ਇਨਫਲੇਸ਼ਨ ਵਿਚ ਇਜ਼ ਆਲਮੋਸਟ ਲਾਈਕ 5% ਨਾਓ ਕਲੋਸ ਟੂ ਹਾਂ ਜੀ ਅ ਤੋਂ ਉਹ ਸਾਰੇ ਜਿਹੜੀ ਚੀਜ਼ਾਂ ਦੇ ਇੰਪੈਕਟ ਜਿਹੜੇ ਹੈਗੇ ਆ ਅ 2022 ਦੇ ਐਂਡ ਤੱਕ ਕੀ ਰਿਜ਼ਲਟ ਲਿਆ ਸਕਦੇ ਆ ਅਗੇਨ ਸਪੈਕੂਲੇਸ਼ਨ ਹੈਗੀ ਆ ਵੀ ਡੋਨਟ ਬਿਲੀਵ ਇਨ ਸਪੈਕੂਲੇਸ਼ਨ ਬਟ ਯੂ نو ਬਹੁਤ سارے ਲੋਕ ਕੁਐਸਚਨ ਪੁੱਛਦੇ ਆ ਗੱਲਾਂ ਚ ਗੱਲਾਂ ਕਰਦੇ ਆ ਹਾਂਜੀ ਤੇ ਉਹਨਾਂ ਦੀ ਸੈਟੀਸਫੈਕਸ਼ਨ ਵਾਸਤੇ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਦੋਨੋਂ ਇੰਡਸਟਰੀ ਨੂੰ ਰਿਲੇਟ ਕਰਦੇ ਹੋ ਰੀਅਲ ਸਟੇਟ ਐਸ ਵੈਲ ਐਸ ਮੋਰਗੇਜ ਵੀ ਤੇ ਇਸ ਕਰਕੇ ਇਹ ਵੈਲਿਡ ਸਵਾਲ ਬੰਦਾ ਤੁਹਾਡੇ ਕੋਲੋਂ ਪੁੱਛਣਾ ਠੀਕ मैं जो इस चीज़ का जवाब दे देना और स्पेकुलेटिव जवाब नहीं वो कैलकुलेटिव जवाब है मैं कैलकुलेटिव जवाब दूंगा हालांकि स्पेकुलेटिव जोड़े जवाब ने बहुत सारे अकोनमिक्स ऑलरेडी कह चुके हैं चौबी प्रसेंट चाली प्रसेंट दस प्रसेंट में कई नंबर पढ़ चुके हैं जी ਪਰ ਅਨਫੋਰਚਨਟਲੀ ਬੜੇ ਵੱਡੇ ਵੱਡੇ ਕਾਨਵੈਸ ਅਸੀਂ ਫੇਲ ਹੁੰਦੇ ਦੇਖੇ ਨੇ इवन ਸੀਐਮਐਚੀ ਨੀਗਾ ਸੀ ਰੇਟ ਕਟੇਗਾ ਸੀਐਮਐਚੀ ਤੋਂ ਵੱਡਾ ਕੋਈ ਸੜ ਕੋਈ ਕੈਂਡੀਡੇਟ ਬਾਡੀ ਨਹੀਂ ਹੈ ਜਿਹੜੀ ਜਿਹੜੀ ਇੱਕ ਇੰਵਰਸਡ ਇਕਨੋਮੀ ਨੂੰ ਸਮਝਦੀ ਹੈ ਉਹ ਵੀ 2000 ਵਿੱਚ ਫੇਲ ਹੋਏ ਨੇ ਸੋ ਮੈਂ ਇਸ ਕਰਕੇ ਕਹਿ ਨਹੀਂ ਸਕਦਾ ਕਿ ਹੁਣ ਮੈਂ ਉਹਨਾਂ ਤੋਂ ਬਿਹਤਰਾਂ ਪਰ ਹਾਂ ਇੱਕ ਚੀਜ਼ ਜਿਹੜੀ ਮੈਨੂੰ ਸਮਝ ਆਉਂਦੀ ਹੈ ਕਿ ਜੇ 1% ਰੇਟ ਵਧਦਾ ਮੋਰਗੇਜ ਦਾ ਜੋ ਕਿ ਬੜਾ ਈਜ਼ੀ ਹੈ ਵਦਣਾ 1% ਆ ਇਸ ਸਾਲ ਦੇ ਵਿੱਚ ਵਿੱਚ ਕੁਆਟਰ ਵੱਜ ਚੁੱਕਾ ਹੈ 3 ਕੁਆਟਰਸ ਹੋਰ ਬਦਨਾ ਕੋਈ ਵਰਟੀਕਲ ਨਹੀਂ ਹੈ ਉਸਨ ਨਜ਼ਰ ਆ ਰਿਹਾ ਕਿ ਵਧੇਗਾ 1% ਰੇਟ ਵਧਣ ਦਾ ਜਿਹੜਾ ਇੰਪੈਕਟ ਹੈ 12 ਤੋਂ 14% ਡਿਕਰੀ ਪ੍ਰਾਈਸ ਡਿਕਰੀਸ ਦਾ ਦਾ ਇੰਡੀਕੇਸ਼ਨ ਦਿੰਦਾ ਹੈ ਸੋ ਇਹਨੀ ਤੱਕ ਪ੍ਰਾਈਸ ਜਾ ਸਕਦੀ ਹੈ ਥੱਲੇ ਸੋ ਪਰਸੈਂਟੇਜ ਜਿਹੜਾ ਹੈ ਉਹ ਰਿਲੇਟ ਕਰਦਾ ਹੈ ਕਿੰਨਾ ਪਰਸੈਂਟੇਜ ਇੰਟਰਸਟ ਵਧੇਗਾ ਬਿਲਕੁਲ ਜੀ ਪ੍ਰਾਈਸ ਜਿਹੜਾ ਪਰਸੈਂਟੇਜ ਹੈ ਉਹ ਉਸ ਚੀਜ਼ ਨੂੰ ਰਿਲੇਟ ਕਰਦਾ ਹੈ ਜੀ ਤੇ ਜਿਹੜੀ ਪ੍ਰਾਪਰਟੀ ਅੱਜ ਦੇ ਡੇਟ ਦੇ ਮਿਲੀਨ ਦੀ ਹੈਗੀ ਹੈ ਉਸ ਦਾ ਅਗਰ ਤੁਸਟਰੀ ਸਾਹਿਬ ਦੇ ਨਾਲ 12 ਤੋਂ 15% ਘਟਦਾ ਹੈ ਤੇ ਉਹ 8.5 ਤੋਂ 9 ਲੱਖ ਡਾਲਰ ਦੀ ਹੋ ਜਾਏਗੀ ਹਾਂਜੀ ਬਿਲਕੁਲ ਡਿਪੈਂਡਿੰਗ ਓਨ ਦ ਲੋਕੇਸ਼ਨ ਖਾਸ ਤੌਰ ਤੇ ਜਿਹੜੀ ਆਊਟਰ ਟਾਊਨਸ ਨੇ ਜਿਨ੍ਹਾਂ ਦੀ ਪ੍ਰਾਈਸ ਸਿਗਨੀਫੀਕੈਂਟਲੀ ਇਨਕਰੀਜ਼ ਹੋਈ ਸੀਗੇ ਜਿਹੜੇ ਆਊਟਸਕਰਟਸ ਆਫ ਜੀਟੀਏ ਜਿਨਾਂ ਨੂੰ ਕਹਿਣਾ ਚਾਹੀਦਾ ਹੈ ਜਿਹੜੇ ਤੋਂ 60 70 80 ਕਿਲੋਮੀਟਰ ਦੂਰ ਨੇ ਉਹਨਾਂ ਦੇ ਉੱਤੇ ਪਹਿਲਾਂ ਇੰਪੈਕਟ ਆਏਗਾ ਜਿਹੜੇ ਜੀਟੀ ਦੇ ਦੇ ਵਿੱਚ ਨੇ ਇਹਨਾਂ ਦੇ ਇੰਪੈਕਟ ਬਾਅਦ ਵਿੱਚ ਆਏਗਾ ਪਹਿਲਾ ਬਾਹਰ ਇੰਪੈਕਟ ਆਣਾ ਸ਼ੁਰੂ ਹੋਦਾ ਵੱਡੀ ਪ੍ਰਾਪਰਟੀਜ਼ ਤੇ ਇੰਪੈਕਟ ਪਹਿਲਾਂ ਆਏਗਾ ਜਿੰਨੀਆਂ ਵੱਡੀਆਂ ਪ੍ਰਾਪਰਟੀਜ਼ ਨੇ 2 2.5 ਮਿਲੀਅਨ ਡਾਲਰ ਹੋ ਰਹੀਆਂ ਉਹਨਾਂ ਦੇ ਪ੍ਰਾਈਸ ਡਿਕਰੀਜ਼ ਹੁੰਦੀ ਸੀ ਪਹਿਲਾਂ ਵੇਖਾਂਗੇ ਤੇ ਜਿਹੜੀ ਛੋਟੀ ਪ੍ਰਾਪਰਟੀ ਹੈ ਉਹ ਤੇ ਅਸਰ ਸਭ ਤੋਂ ਅਖੀਰ ਵਿੱਚ ਆਏਗਾ ਬਹੁਤ ਜ਼ਿਆਦਾ ਤਾਂ ਲੋਕ ਜਿਹੜੀ ਵੱਡੀਆਂ ਪ੍ਰਾਪਰਟੀਜ਼ 'ਚ ਰਹਿ ਰਹੇ ਹੈਗੇ ਆ ਉਹਨਾਂ ਨੇ ਤਾਂ ਉੱਥੇ ਰਹਿਣਾ ਹਾਂਜੀ ਉਹ ਉਸ ਵੱਡੀਆਂ ਪ੍ਰਾਪਰਟੀ ਦੀ ਸੇਲ ਬਹੁਤ ਘਟ ਮਾਰਕੀਟ 'ਚ ਆਂਦੀਆਂ ਜੀ ਜਿਹੜੀ ਰੀਸੇਲ ਲੱਗੀ ਹੈ ਤੇ ਉਸ ਕਰਕੇ ਮੇਰੇ ਹਿਸਾਬ ਦੇ ਨਾਲ ਮੈਂ ਰੀਅਲ ਏਸਟੇਟ ਦਾ ਕੋਈ ਇਨਫਲੂਐਂਸਰ ਨਹੀਂ ਹੈਗਾ ਜਾਂ ਰੀਅਲ ਏਸਟੇਟ ਦਾ ਕੋਈ ਪੰਡਿਤ ਨਹੀਂ ਹੈਗਾ ਬਟ ਮੈਂ ਬਹੁਤ ਕਾਟ ਪ੍ਰੋਪਰਟੀਆਂ ਦੇਖੀਆਂ ਜਿਹੜੀਆਂ ਵੱਡੀਆਂ ਪ੍ਰੋਪਰਟੀਆਂ ਸੇਲ ਤੇ ਆਉਂਦੀਆਂ ਤੇ ਉਸ ਦੇ ਬਾਵਜੂਦ ਉਸ ਪ੍ਰਾਈਸ ਦਾ ਕੀ ਫਰਕ ਪਏਗਾ ਅਗਰ ਪ੍ਰੋਪਰਟੀ ਸੇਲ ਤੇ ਨਹੀਂ ਆਈ ਉਸ ਦੀ ਡਿਮਾਂਡ ਜ਼ਰੂਰ ਹੋ ਸਕਦੀ ਹੈ ਬਟ ਅਵੇਲੇਬਿਲਟੀ ਤਾਂ ਹੈ ਨਹੀਂ ਜੀ ਸੁਦੀਪ ਜੀ ਮੈਂ ਅਪਿਛਤ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਜੀ ਕਿ ਅਸੀਂ ਬਹੁਤ ਸਾਰੀ ਜੜੀ ਨਾ ਗੱਲਾਂ ਨੇ ਸਿਰਫ ਥਿਓਰੈਟিক্যাল ਗੇਨਸ ਐਂਡ ਥਿਓਰੈਟিক্যাল ਲਾਸਸ ਹੁੰਦੇ ਰਹੇ। ਥਿਓਰੀ ਥਿਓਰੀ ਚ ਮੇਰੇ ਘਰ ਦੀ ਕੀਮਤ 20% ਵੱਧ ਗਈ ਮੈਂ ਬੜਾ ਖੁਸ਼ ਹੋ ਗਿਆ। 20% ਘਟ ਗਈ ਮੈਂ ਬੜਾ ਦੁਖੀ ਹੋ ਗਿਆ। ਸੋ ਥਿਓਰੈਟিক্যাল ਖੁਸ਼ੀ ਔਰ ਦੁੱਖ ਜਿਹੜਾ ਨਾ ਯੂ نو ਇਮੋਸ਼ਨਸ ਨੂੰ ਆਪਣੇ ਵਧਣ ਜਾਂ ਘਟਣ ਨਾਲ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ 20% ਵੱਧ ਜਾਂਦੀ ਜਿੱਥੇ ਤੁਸੀਂ ਰਹਿ ਰਹੇ ਹੋ ਮਕਾਨ ਤੇ ਘਰ ਦਾ ਫਰਕ ਸਮਝ ਲਵੋ। ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਮਕਾਨ ਤੇ ਘਰ ਦਾ ਫਰਕ ਸਮਝ ਲਵੋ। ਘਰ ਹੈ ਜਿਸ ਦੀ ਕੀਮਤ ਵਧਦੀ ਘਟਦੀ ਨਹੀਂ ਘਰ ਜਿੱਥੇ ਤੁਸੀਂ ਰਹਿੰਦੇ ਹੋ ਜਿਸ ਨੂੰ ਆਪਣਾ ਤੇ ਹੋ ਮਕਾਨ ਦੀ ਕੀਮਤ ਵਧ ਘਟ ਸਕਦੀ ਹੈ ਮਕਾਨ ਦੀ ਕੀਮਤ ਉਦੋਂ ਜਦੋਂ ਤੁਸੀਂ ਵੇਚਣਾ ਹੈ ਜਾਂ ਖਰੀਦਣਾ ਹੈ ਤੁਸੀਂ ਮਕਾਨ ਵੇਚ ਖਰੀਦ ਨਹੀਂ ਰਹੇ ਤੇ ਘਰ ਦੀ ਕੀਮਤ ਨਾਲ ਕੋਈ ਫਰਕ ਨਹੀਂ ਪੈਂਦਾ ਘਰ ਤੁਹਾਡੇ ਪਿਆਰ ਨਾਲ ਬਣਦਾ ਹੈ ਆਪਣੇ ਪਰਿਵਾਰ ਨਾਲ ਰਹੋ ਕੀਮਤ ਵਧ ਜਾਂ ਤਾਂ ਵੀ ਖੁਸ਼ ਰਹੋ ਘਟ ਜਾਂਦੀ ਤਾਂ ਵੀ ਖੁਸ਼ ਰਹੋ ਇੰਜੋਏ ਕਰੋ ਬਹੁਤ ਅੱਛੀ ਗੱਲ ਕਹੀ ਸਰਵਜੀਤ ਜੀ ਮੈਂ ਵੀ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਜਿਸ ਘਰ ਵਿੱਚ ਤੁਸੀਂ ਰਹੇ ਹੋ ਤੁਹਾਡਾ ਮਕਾਨ ਨਹੀਂ ਹੈਗਾ ਘਰ ਹੈਗਾ ਤੇ ਘਰ ਦੇ ਵਿੱਚ ਖੁਸ਼ੀ ਪਿਆਰ ਮੁਹੱਬਤ ਤੇ ਸincere ਲੋ ਆਪਣਾ 2 ਸਾਲ ਪਹਿਲੇ 2020 ਦੇ ਵਿੱਚ ਉਸੇ ਕਾਰ ਦੀ ਕੀਮਤ ਮੇਬੀ ਹਾਫ ਸੀਗੀ ਜੋ ਅੱਜ ਹਗੀ ਹੈ অলਮੋਸਟ ਡਬਲ ਹੋ ਗਈ ਜਾਂ ਟ੍ਰਿਪਲ ਹੋ ਗਈ ਤੇ ਅਗਰ 10 15 20% ਘਟਦਾ ਵੀ ਹੈ ਤਦ ਵੀ ਤੁਸੀਂ ਗੇਨਰ ਹਗੇ ਹੋ ਇਸ ਕਰਕੇ ਖੁਸ਼ ਰਹੋ ਬਿਲਕੁਲ ਨਾ ਸੋਚੋ ਅਗਲਾ ਸਵਾਲ ਪੁੱਛਦੇ ਸਰਪ ਜੀ ਜੀ ਕਿ ਤੁਸੀਂ ਅਗਰ ਬਾਏਰ ਹਗੇ ਆਪਣੇ ਬੱਚਿਆਂ ਵਾਸਤੇ ਜੀ ਅੱਜ ਦੀ ਡੇਟ ਵਿੱਚ ਤੁਸੀਂ ਰੀਸਟ੍ਰਟ ਨੂੰ ਵੀ ਬਿਲੋਂਗ ਕਰਦੇ ਹੋ ਤੇ ਬੱਚੇ ਜਿਹੜੇ ਉਮਰ ਵਿੱਚ 30 ਸਾਲਾਂ ਤੋਂ ਕੱਟ ਗਏ ਜਾਂ 24-25 ਸਾਲਾਂ ਤੋਂ ਕੱਟ ਗਏ ਸਟਿਲ ਸਟੂਡੈਂਟ ਹੈਗੇ ਆ ਉਹਨਾਂ ਦੀ ਅਫੋਰਡੇਬਿਲਟੀ ਤੇ ਬਹੁਤ ਮੁਸ਼ਕਿਲ ਲੱਗੀ ਅੱਜ ਦੀ ਡੇਟ ਵਿੱਚ ਪ੍ਰੋਪਰਟੀਆਂ ਜਾਂ ਰੀਸਟ੍ਰਟ ਵਿੱਚ ਇਨਵੈਸਟ ਕਰਨਾ ਜੀ ਤੇ ਤੁਸੀਂ ਅਗਰ ਪੇਰੈਂਟ ਹੈਗੇ ਹੋ ਖੁਦ ਆਪਣੇ ਬੱਚਿਆਂ ਵਾਸਤੇ ਤੁਸੀਂ ਕੀ ਕਰੋਗੇ ਮੈਂ ਪਹਿਲੇ ਸਭ ਤੋਂ ਵਿਚ ਜੀ ਸਭ ਤੋਂ ਪਹਿਲੀ ਗੱਲ ਆਪਣੇ ਬੱਚਿਆਂ ਨੂੰ ਇੱਕ ਗੱਲ ਸਮਝਾਉਣਾ ਜੀ ਸਟਾਰਟ ਸੇਵਿੰਗ अर्ਲੀ ਬੜਾ ਸਿੰਪਲ ਜਿਹਾ ਫਾਰਮ ਸਟਾਰਟ ਸੇਵਿੰਗ अर्ली ਛੋਟੀ ਉਮਰ ਵਿੱਚ ਤੁਹਾਡੇ ਕੋਲ ਜੇ ਤੁਹਾਨੂੰ ਹਫਤੇ 7 ਦਿਨ ਵੀ ਕੰਮ ਕਰਨਾ ਪੈਂਦਾ ਤੁਸੀਂ ਕੰਮ ਕਰੋ ਸਟਾਰਟ ਸੇਵਿੰਗ अर्ली ਜਿੰਨੀ ਤੁਹਾਡੀ ਇਨਕਮ ਹੈ ਉਹਦਾ 25% ਤੁਹਾਡੀ ਸੇਵਿੰਗ ਹੋਣੀ ਚਾਹੀਦੀ ਹੈ 25% ਤੁਹਾਡੀ professionl growth ਯਾਨੀ ਕਿ ਜੋ ਤੁਸੀਂ এডੂਕੇਸ਼ਨ ਲੈ ਰਹੇ ਹੋ ਜਿਸ ਕੰਮ ਕਾਰੋਬਾਰ ਉੱਤੇ ਜਾਂ ਜੇ ਤੁਸੀਂ ਕਿਸੇ ਐਸਰ ਬਿਜ਼ਨਸ ਜਿੱਥੇ ਗੱਡੀ ਖਾਣਾ ਪੀਣਾ ਕੱਪੜੇ ਦੀ ਮਹੱਤਤਾ ਹੈ ਉਹਦੇ ਉੱਤੇ 25% ਤੇ 50% ਤੁਹਾਡਾ ਲਿਵਿੰਗ ਐਕਸਪੈਂਸ ਹੋਣਾ ਚਾਹੀਦਾ ਹੈ ਇਹ ਇੱਕ ਐਵਰੇਜ ਬੰਦੇ ਦੀ ਲਾਈਫ ਉਹਦੀ ਸੇਵਿੰਗ ਦਾ ਉਹਦਾ ਫਾਰਮੂਲਾ ਹੈ ਪਰ ਬੱਚਿਆਂ ਨੂੰ ਮੈਂ ਕਹਿੰਦਾ ਕਿ 25% ਦੀ ਕਰੋ ਤੁਸੀਂ ਜੇ 30% ਤੱਕ ਇਜਾਜ਼ਤ ਲੈ ਕੇ ਜਾਓ ਸਭ ਤੋਂ ਪਹਿਲੀ ਤਾਂ ਬੱਚਿਆਂ ਨੂੰ ਇਹ ਗੱਲ ਸਮਝ ਆਣੀ ਚਾਹੀਦੀ ਜਿਹੜੇ ਬੱਚੇ ਪੇਰੈਂਟਸ ਨਾਲ ਰਹਿੰਦੇ ਆ ਤੇ ਉਹਨਾਂ ਦਾ ਉਸ ਤੋਂ ਹੋਰ ਜ਼ਿਆਦਾ ਐਕਸਪੈਂਸਸ ਕੱਟਾ ਗਿਆ ਉਹਨਾਂ ਨੂੰ ਤਾਂ ਹੋਰ ਜ਼ਿਆਦਾ ਕਰਨੀ ਚਾਹੀਦੀ ਸੀ ਉਹਨਾਂ ਦੀ ਸੇਵਿੰਗ ਉਸ ਤੋਂ ਕਿਤੇ ਜ਼ਿਆਦਾ ਹੋਣੀ ਚਾਹੀਦੀ ਹੈ ਜ਼ਿਆਦਾ ਆਲਮੋਸਟ 50% 50% ਸੇਵਿੰਗ ਹੋਣੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਜੀ ਕਿਉਂਕਿ ਜਿੰਨੀ ਤੁਸੀਂ अर्ਲੀ ਸਟਾਰਟ ਕਰ ਲਓਗੇ ਉਹਨਾਂ ਵਧੀਆ ਹੋਏਗਾ ਕੁਨਵੇਂ ਪੇਰੈਂਟਸ ਨਾਲ ਗੱਲ ਕਰਨ ਦੀ ਗੱਲ ਕਰਦਾ ਖਾਸ ਤੌਰ ਤੇ ਜਿਹੜਾ ਸਾਡਾ ਸਾਊਥ ਏਸ਼ੀਅਨ ਭਾਈਚਾਰਾ ਜਿਹਦੇ ਵਿੱਚ ਅਸੀਂ ਹਿੰਦੀ ਪੰਜਾਬੀ ਨੂੰ ਹੋਰ ਜ਼ਬਾਨਾਂ ਬੋਲਣ ਵਾਲੇ ਲੋਕ ਜਿਹੜੇ ਆਉਂਦੇ ਆ ਅਸੀਂ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਹਮੇਸ਼ਾ ਕਰਨਾ ਚਾਹੁੰਦੇ ਅਸੀਂ ਦੇਣਾ ਚਾਹੁੰਦੇ ਉਹਨਾਂ ਨੂੰ ਬਿਲਕੁਲ ਸੋ ਜੇ ਅਸੀਂ ਇਨਹੈਰੀਟੈਂਸ ਜਿਹਨੂੰ ਅਸੀਂ ਕਹਿੰਦੇ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਵਸੀਅਤ ਦੇ ਵਿੱਚ ਤੇਰੇ ਲਈ ਇਹ ਵੀ ਤੈਨੂੰ ਹੀ ਦੇਣਾ ਹੈ ਉਹਨੂੰ ਉਹਦੀ ਉਡੀਕ ਨਾ ਕਰੋ ਬੱਚੇ ਨੂੰ ਉਹਦੀ ਉਡੀਕ ਨਾ ਕਰਵਾਓ ਬੱਚੇ ਨੂੰ ਜਿੰਨੀ ਛੇਤੀ ਹੋ ਸਕਦਾ अर्ਲੀ ਇਨਹੈਰੀਟੈਂਸ ਦਿਓ अर्ਲੀ ਇਨਹੈਰੀਟੈਂਸ ਤੋਂ ਮੁਰਾਦ ਕੀ ਹੈ ਜਿਵੇਂ ਸਾਲਦਾਰ ਤੁਸੀਂ ਕੋਈ ਬੰਦਾ 50 55 ਸਾਲ ਦਾ ਹੈ ਉਹਦੀ ਬੱਚੇ ਦੀ ਉਮਰ ਵੀ 25 26 ਸਾਲ ਦੀ ਉਹਦੇ ਬੱਚੇ ਦੀ ਉਮਰ ਹੈ ਮੰਨ ਲਓ ਤੁਸੀਂ ਤੁਹਾਡੇ ਕੋਲ ਤੁਸੀਂ ਵੀ ਤੁਹਾਾਰੇ ਬੱਚਾ ਵੀ ਤੁਹਾਡਾ ਖਮਾਰੇ ਤੁਹਾਡੇ ਕੋਲ ਅਰਨਿੰਗ ਕਪੈਸਿਟੀ ਹਾਲੇ ਹੈ ਤੁਸੀਂ ਯਾਨੀ ਜ ਆਪਣੇ ਘਰ ਦੇ ਉੱਤੇ ਜੀ ਲੱਖ 1.5 ਲੱਖ 2 ਲੱਖ ਡਾਲਰ ਦੀ ਐਡੀਸ਼ਨਲ ਮਾਰਗੇਜ ਲੈ ਸਕਦੇ ਹੋ ਯਾ ਲਾਈਨ ਆਫ ਕਰੈਡਿਟ ਲੈ ਸਕਦੇ ਹੋ ਉਹ ਪੈਸਾ ਲੈ ਕੇ ਬੱਚੇ ਨੂੰ ਡਾਊਨ ਪੇਮੈਂਟ ਵਾਸਤੇ ਦੇਓ ਬੱਚੇ ਨੂੰ ਕੋ ਬੇਟਾ ਆਇਆ ਤੂੰ ਨਾ ਤੇਰੇ ਵਾਸਤੇ ਇਤਨੂੰ ਲੈ ਕੇ ਦੇ ਰਹੇ ਆ ਇਹਨੂੰ ਕੈਰੀ ਕਰਨਾ ਸਿੱਖ ਘਰ ਨੂੰ ਮਕਾਨ ਨੂੰ ਕਿਰਾਏ ਤੇ ਦੇ ਕੈਰੀ ਕਰਨਾ ਸਿੱਖ ਫਿਰ ਇਹ ਬੇਸ਼ੱਕ ਰਹੇ ਸਾਡੇ ਕੋਲ ਹੀ ਪਰ ਉਹਨੂੰ ਕੈਰੀ ਕਰਨਾ ਸਿੱਖੋ ਉਹਦੇ ਨਾਲ ਜਿਹੜੇ ਤੁਸੀਂ 1.5 ਲੱਖ ਜਿਹੜਾ ਤੁਸੀਂ ਐਡੀਸ਼ਨਲ ਲਿਆ ਤੁਸੀਂ ਕਿਉਂਕਿ ਅਰਨਿੰਗ ਕਪੈਸਿਟੀ ਤੁਸੀਂ ਪੇਬੈਕ ਵੀ ਕਰ ਸਕੋ ਬੱਚਾ ਤੁਹਾਡਾ ਸਿੱਖ ਵੀ ਰਿਹਾ ਹੈ ਬੱਚੇ ਦੀ ਪ੍ਰਾਪਰਟੀ ਗਰੋ ਕਰ ਰਹੀ ਹੈ ਸੋ ਇਵੈਂਚੁਅਲੀ 5-7 ਸਾਲ ਬਾਅਦ ਜਦੋਂ ਬੱਚਾ ਤੁਹਾਡਾ ਮੂਵ ਆਊਟ ਹੋਣਾ ਚਾਹੁੰਦਾ ਹੈ ਉਹਦੀ ਪ੍ਰਾਪਰਟੀ ਸਿਗਨੀਫੀਕੈਂਟਲੀ ਗਰੋ ਕਰ ਜਾਂਦੀ ਹੈ ਬਜਾਏ ਇਸ ਗੱਲ ਦੇ ਕਿ ਉਦੋਂ ਦੇਖਣਾ ਕਿ ਸਾਡੇ ਕੋਲ ਤਾਂ ਹੁਣ ਵੇਚਣਾ ਪਏਗਾ ਮਕਾਨ ਦੇਣ ਵਾਸਤੇ ਕੁਝ ਉਹਨੂੰ ਛੋਟੇ ਪੋਰਸ਼ਨ ਵਿੱਚ ਉਹਦੀ ਸਟਾਰਟ अर्ਲੀ ਕਰਵਾ ਦਿਓ ਤਾਂ ਕਿ ਉਸਨੂੰ ਬੱਚਾ ਤੁਹਾਡਾ ਗਰੋਥ ਚੀਤੀ ਕਰੇ ਬਹੁਤ ਅੱਛੀ ਡਵਾਈ ਅ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਬੱਚੇ ਦੇ ਨਾਲ ਤੁਸੀਂ ਉਹਨੂੰ ਸੇਵਿੰਗ ਦੇ ਤਰੀਕੇ ਦੱਸੋ ਬੱਚੇ ਨੂੰ ਇਨਵੈਸਟਮੈਂਟ ਦੇ ਤਰੀਕੇ ਦੱਸੋ ਉਸ ਨੂੰ ਉਸ ਇਨਵੈਸਟਮੈਂਟ ਨੂੰ ਕੈਰੀ ਕਰਨ ਦੇ ਤਰੀਕੇ ਦੱਸੋ ਇਹ ਬਹੁਤ ਅੱਛਾ ਸੁਜੈਸ਼ਨ ਹੈਗਾ ਕੋਈ ਵੀ ਇਨਸਾਨ ਜਿਹੜਾ ਇਸ ਲਾਈਨ ਦੇ ਵਿੱਚ ਸੋਚਦਾ ਪਿਆ ਹੈ ਉਹ ਤੁਹਾਨੂੰ ਕੰਟੈਕਟ ਕਰ ਸਕਦਾ ਹੈ ਕਿਸ ਨੰਬਰ ਤੇ ਕੰਟੈਕਟ ਕਰੇ ਬਹੁਤ ਸੌਖਾ ਜਿਹਾ ਨੰਬਰ ਹੈ ਜੀ 416 532 3737 ਨੰਬਰ ਹੈ ਮੈਂ ਇੱਕ ਸਾਰੇ ਦਰਸ਼ਕਾਂ ਨੂੰ ਫਿਰ ਇੱਕ ਵਾਰ ਗੱਲ ਕਹਿਣਾ ਚਾਹੁੰਦਾ ਹੈ ਇਹ ਸੇਲਸ ਦੀ ਪਿਛ ਨਹੀਂ ਇਹ ਨੂੰ ਸੇਲਸ ਨਾ ਸਮਝਣਾ ਮੈਂ ਇਹਨੂੰ ਸੋ ਦੋਸਤਾਂ ਨਾਲ ਇੱਕ ਦੋਸਤਾਨਾ ਸਲਾਹ ਸਮਝਣਾ ਕਿਉਂਕਿ ਮੈਂ ਵੀ ਉਸ ਉਮਰ ਚੋਂ ਗੁਜ਼ਰ ਰਿਹਾ ਜਿੱਥੇ ਮੇਰੇ ਬੱਚੇ ਵੱਡੇ ਹੋ ਰਹੇ ਨੇ ਜਿੱਥੇ ਮੈਨੂੰ ਮੈਨੂੰ ਫਿਕਰ ਹੈ ਉਹਨਾਂ ਦਾ ਉਹਨਾਂ ਦੇ ਕਰੀਅਰ ਉਹਨਾਂ ਦੇ ਫਿਊਚਰ ਦਾ ਉਹਨਾਂ ਦੇ ਕੈਰੀਅਰ ਦਾ ਸੋ ਜੋ ਫਾਰਮੂਲੇਜ਼ ਬਤੌਰ ਇਨਵੈਸਟਰ ਮੈਂ ਆਪਣੇ ਬੱਚਿਆਂ ਲਈ ਅਪਲਾਈ ਕਰ ਰਿਹਾ ਉਹ ਮੇਰੇ ਕੋ ਮੈਂ ਉਹ ਫਾਰਮੂਲਾ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖ ਦਿਆਂਗਾ ਵੀ ਇਹ ਫਾਰਮੂਲਾ ਹੈ ਇਹ ਮੈਂ ਕੀਤਾ ਹੈ ਤੁਸੀਂ ਵੀ ਇਹਨੂੰ ਕਰ ਲਓ ਤੇ ਮੇਰੇ ਫਾਰਮੂਲੇ ਹੁਣ ਤੁਸੀਂ ਕਿਉਂਕਿ ਕਾਮਯਾਬ ਫਾਰਮੂਲਾ ਹੈ ਇਸ ਕਰਕੇ ਜੇ ਤੁਸੀਂ ਲੈ ਕੇ ਉਹਦੀ ਫੋਟੋਕਾਪੀ ਕਰਨਾ ਚਾਹੋ ਪਲੀਜ਼ ਫੀਲ ਫਰੀ ਮੈਨੂੰ ਉਸਤੇ ਕੋਈ ਇਤਰਾਜ਼ ਨਹੀਂ ਨਹੀਂ ਬਿਲਕੁਲ ਸਹੀ ਕਿਹਾ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਸੀ ਹੈ ਸਿਰਫ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਆ ਗਿਆ ਇਸ ਕਰਕੇ ਨਹੀਂ ਕਰ ਰਹੇ ਕਿ ਅਸੀਂ ਕੋਈ ਇੱਥੇ ਰੀਅਲ ਏਸਟੇਟ ਦੀ ਸੇਲਿੰਗ ਕਰਨਾ ਮੰਗ ਰਹੇ ਹਾਂ ਐਡਵਾਈਸ ਅਗਰ ਕਿਸੇ ਨੂੰ ਚਾਹੀਦੀ ਹੈ ਇਸ ਕਰਕੇ ਮੈਂ ਸਰਬਜੀਤ ਨੂੰ ਕਿਹਾ ਸੀ ਆਪਣਾ ਨੰਬਰ ਸ਼ੇਅਰ ਕਰਨ ਵਾਸਤੇ ਸਿਰਫ ਇੱਕ ਐਡਵਾਈਸ ਵਾਸਤੇ ਕੰਮ ਤੇ ਤੁਸੀਂ ਕਰਨਾ ਹੈ ਤੁਹਾਡੇ ਬੱਚਾ ਨੇ ਕਰਨਾ ਹੈ ਅਸੀਂ ਸਿਰਫ ਸਿੰਪਲ ਐਡਵਾਈਸ ਕਰ ਸਕਦੇ ਹਾਂ ਇੱਕ ਸੁਜੈਸ਼ਨ ਦੇ ਸਕਦੇ ਹਾਂ ਉਹ ਸੁਜੈਸ਼ਨ ਦੇ ਨਾਲ ਅਸੀਂ ਸਰਬਜੀਤ ਦਾ ਇੱਕ ਦੂਸਰਾ ਰੂਪ ਵੀ ਦੇਖਣਾ ਚਾਹੁੰਦੇ ਆ ਸਰਬਜੀਤ ਜੀ ਤੁਸੀਂ ਪੰਜਾਬੀ ਆਰਟ ਐਸੋਸੀਏਸ਼ਨ ਆਫ ਟੋਰਾਂਟੋ ਦੇ ਨਾਲ ਇੱਕ ਜਿਹੜੇ ਆਰਟਿਸਟ ਹੈਗੇ ਉਹਨਾਂ ਦੇ ਡਾਇਰੈਕਟਰ ਹੈਗੇ ਹੋ ਕੀ ਕਰਦੇ ਹੋ ਉੱਥੇ ਡਾਇਰੈਕਟਰ ਐਜ਼ ਅ ਡਾਇਰੈਕਟਰ ਦਾ ਕੀ ਮਤਲਬ ਹੈ ਜੀ ਸੋ ਪੰਜਾਬੀ ਮੈਂ ਆਪਣੇ ਬਾਰੇ ਦੱਸਣ ਤੋਂ ਪਹਿਲਾਂ ਬਰੀਫਲੀ ਸੰਸਥਾ ਬਾਰੇ ਦੱਸਦਾ ਮੈਂ ਪੰਜਾਬੀ ਆਰਟ ਐਸੋਸੀਏਸ਼ਨ ਆਫ ਟੋਰਾਂਟੋ 30 ਸਾਲ ਪੁਰਣੀ ਸੰਸਥਾ ਹੈ ਟੋਰਾਂਟੋ ਦੀ ਜੋ ਕਿ ਪੰਜਾਬੀ ਨਾਟਕਾਂ ਦੇ ਉਹ ਤੇ ਕੰਮ ਕਰਦੀ ਰਹੀ ਹੈ ਪੰਜਾਬੀ ਨਾਟਕਾਂ ਤੇ ਪੰਜਾਬੀ ਜ਼ੁਬਾਨ ਤੇ ਉਹਨਾਂ ਦਾ ਮੀਜਲ ਉਹਨਾਂ ਦਾ ਗਲਬਾ ਰਿਹਾ ਹੈ ਰੀਸੈਂਟਲੀ ਇਸ ਵਿੱਚ ਕੁਝ ਤਬਦੀਲੀਆਂ ਆਈਆਂ ਐ ਸੋਚ ਇਸ ਵਿੱਚ ਉਹ ਪੰਜਾਬੀ ਸ਼ਾਇਰਾਂ ਨੂੰ ਵੀ ਇਨਵਾਈਟ ਕਰਨਾ ਸ਼ੁਰੂ ਕੀਤਾ ਅਸੀਂ ਰੀਸੈਂਟਲੀ ਕਵੀ ਦਰਬਾਰ ਕਰਵਾਇਆ ਜਿਸ ਵਿੱਚ ਕੀ ਬੜੇ سارے ਨੌਜਵਾਨ ਕਵੀ ਸਾਨੂੰ ਮਿਲੇ ਬੜਾ ਚੰਗਾ ਲੱਗਿਆ ਉਹਨਾਂ ਦੇਖ ਕੇ ਬਤੌਰ ਆਰਟਿਸਟਿਕ ਡਾਇਰੈਕਟਰ ਮੇਰਾ ਕੰਮ ਬੜਾ ਸਿੰਪਲਾਈਫਾਈਡ ਜਿਹਾ ਕੰਮ ਹੈ ਜੀ ਮੇਰਾ ਕੰਮ ਹੈ ਚੰਗੇ ਪ੍ਰੋਗਰਾਮਸ ਨੂੰ ਕਿਊਰੇਟ ਕਰਨਾ ਪ੍ਰੋਗਰਾਮ ਚੰਗਾ ਕੀ ਨਵੇਂ ਆਰਟਿਸਟ ਲੱਭ ਕੇ ਲਿਆਣਾ ਉਹਨਾਂ ਨੂੰ ਉੱਥੇ ਤਿਆਰ ਕਰਨਾ ਉਹਨਾਂ ਨੂੰ ਟ੍ਰੇਨ ਕਰਨਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਕੋਲ ਪਰਫਾਰਮੈਂਸਸ ਲੈਣਾ ਅਸੀਂ ਇਸ ਵਿੱਚ ਐਕਟਰਸ ਡਾਇਰੈਕਟਰਸ ਨੂੰ ਟ੍ਰੇਨ ਕਰਦੇ ਹਾਂ ਐਕਟਰਸ ਨੂੰ ਟ੍ਰੇਨ ਕਰਦੇ ਹਾਂ ਸਟੈਂਡ ਅਪ ਕਮੀਡੀਅਨਸ ਨਾਲ ਅਸੀਂ ਗੱਲ ਕਰਦੇ ਹਾਂ ਅਸੀਂ ਇਸ ਦੇ ਨਾਲ ਨਾਲ ਉਹਨਾਂ ਸਿੰਗਰਸ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਚੰਗੇ ਲਿਖਾਰੀਆਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਸੋ ਇਹ ਕੁਲ ਮਿਲਾ ਕੇ ਸਾਡਾ ਆਈਡੀਆ ਹੈ ਇੱਕ ਪਲੇਟਫਾਰਮ ਹੈ ਇੱਕ ਪਲੇਟਫਾਰਮ ਜਿਸ ਨੇ ਤੇ ਇਹ ਇੱਕ ਨੋ-ਫੋਰ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਸਾਡੀ ਸਰਵਿਸਸ ਜੇ ਅਸੀਂ ਕੋਈ ਫੀਸ ਨਹੀਂ ਚਾਰਜ ਕਰਦੇ ਇਹ ਸਾਰੇ ਵੋਲੰਟੀਅਰ ਬੀ ਰਨ ਸਰਵਿਸਸ ਨੇ ਵੋਲੰਟੀਅਰਸੀ ਤੋਂ ਟ੍ਰੇਨ ਕਰਦੇ ਜਿਹੜਾ ਆਰਟਿਸਟਾਂ ਦੇ ਉਹ ਵੀ ਵੋਲੰਟੀਅਰ ਹੁੰਦੇ ਸੂ ਤੁਸੀ ਐਸੇ ਤੇ ਬੜੀ ਅੱਛੀ ਕਮਾਈ ਕਰ ਰਹੇ ਹੋ ਜਿਹੜਾ ਤੁਹਾਡੀ ਰੂਹ ਦੀ ਕਮਾਈ ਹੈਗੀ ਹੈ ਜਿਹੜੀ ਤੁਹਾਡੀ ਪੈਸ਼ਨ ਦੀ ਕਮਾਈ ਹੈਗੀ ਹੈ 100% ਹਾਂ 100% ਜਿਹੜੀ ਇੱਕ ਜਿਹਨੂੰ ਕਹਿਣਾ ਚਾਹੀਦਾ ਹੈ ਕਿ ਮੇਰੀ ਰੂਹ ਦੀ ਤਸੱਲੀ ਇਸ ਕੰਮ ਨਾਲ ਹੁੰਦੀ ਹੈ ਮੇਰੇ ਅਕਸਰ ਮੇਰੇ ਬਾਰੇ ਇੱਕ ਬੜਾ ਕਾਮਨ ਮਜ਼ਾਕ ਹੈ ਮੇਰੇ ਦੋਸਤ ਮੇਰੀ ਰਿਹਰਸਲ ਸੇ ਉਹਨਾਂ ਸੀ ਡਰਾਮਾ ਦੀ ਰਿਹਰਸਲ ਕਰਦੇ ਸੀ ਵੀਕਐਂਡ ਤੇ ਸਵੇਰੇ 6:30 ਵਜੇ ਦਾ ਟਾਈਮ ਰੱਖਦੇ ਰਿਹਰਸਲ ਤੇ ਮੈਂ ਕਲਾਕਾਰ ਹਾਂ ਸਵੇਰੇ 6:30 ਵਜੇ ਆਦਾ ਸਵੇਰੇ 6:30 ਵਜੇ ਦਾ ਕੰਮ ਨੂੰ ਫ੍ਰੀ ਕਰ ਦਿੰਦਾ ਤੇ ਮੈਂ ਨਾਰਮਲ ਜਲਦੀ ਕੰਮ ਤੇ ਜਾਣ ਵਾਲਾ ਆਦਮੀ ਨਹੀਂ ਹਾਂ ਪਰ ਮੈਂ ਰਿਹਰਸਲ ਲਈ ਹਮੇਸ਼ਾ 6:30 ਤੋਂ 5 ਮਿੰਟ ਪਹਿਲਾਂ ਹੀ ਪਹੁੰਚ ਆਉਣਾ ਕਿਉਂ ਕਿਉਂਕਿ ਇਹ ਸੱਚ ਮੇਰੀ ਰੂਹ ਵੱਸਦੀ ਤੇ ਮ ਕਿ ਕਿਸੇ ਵੀ ਆਰਟਿਸਟ ਦੇ ਪਰਿਵਾਰ ਨੂੰ ਉਸ ਦੀ ਉਸ ਦੇ ਇਸ ਕੰਮ ਨਾਲ ਤਕਲੀਫ ਨਾ ਹੋਵੇ ਉਹ ਯਾਨੀ ਸਵੇਰੇ ਸਵੇਰੇ ਆਂਡ ਬਾਏ ਦਾ ਟਾਈਮ ਵੀਕਐਂਡ ਤੇ ਬੱਚੇ ਜਾਂ ਫੈਮਲੀ ਉੱਠਦੀ ਹੈ ਤੇ ਬ੍ਰੈਕਫਾਸਟ ਟੇਬਲ ਤੇ ਫਿਰ ਇਕੱਠੇ ਹੋ ਜਾਣ ਦੁਬਾਰਾ ਜਾ ਕੇ ਕਿ ਯਾਰ ਨਾਸ਼ਤਾ ਦੇ ਤੱਕ ਮੈਂ ਪਹੁੰਚ ਗਿਆ ਸੋ ਇਹ ਆਪਣਾ ਟਾਈਮ ਚ ਥੋੜਾ ਜਿਹਾ ਟਾਈਮ ਚੋਰੀ ਕਰਕੇ ਅਸੀਂ ਆਪਣੇ ਰੂਹ ਦੇ ਲਈ ਇਹ ਸਰਗ ਕੰਮ ਕਰਦੇ ਹਾਂ ਇਸ ਨੂੰ ਬੜਾ ਇੰਜੋਏ ਕਰਦੇ ਹਾਂ ਜੀ ਅਸੀਂ ਤੁਸੀਂ ਹੁਣੇ ਰੀਸੈਂਟਲੀ ਇੱਕ ਇੱਕ ਟਰਾਂਸਲੇਸ਼ਨ ਕੀਤੀ ਸੀਗੀ ਮੈਨੂੰ ਪਤਾ ਚੱਲਿਆ ਕਿਸੀ ਪਾਕਿਸਤਾਨੀ ਆਰਟਿਸਟ ਦੀ ਕੁਝ ਚੀਜ਼ਾਂ ਸੀ ਗਿਆ ਨੂੰ ਤੁਸੀਂ ਟਰਾਂਸਲੇਟ ਕੀਤਾ ਸੀ ਉਰਦੂ ਦੇ ਵਿੱਚ ਜੀ ਉਹ ਕਿਦਾਂ ਇਨਸਪਾਇਰ ਕਿਦਾਂ ਹੋਇਆ ਤਾਂ ਕੀ ਸੀਗਾ ਕਿ ਉਹ ਦੇਖੋ ਮੰਟੋ ਜਿਹੜਾ ਹੈ ਮੈਂ ਮੰਟੋ ਦੀ ਕਹਾਣੀਆਂ ਉੱਤੇ ਰੀਸੈਂਟਲੀ ਸ਼ੋਅ ਕੀਤਾ ਸੀ ਹੁਣ ਕੁਝ ਹੋਰ ਸ਼ੋਅ ਵੀ ਕਰ ਰਿਹਾ ਉਹਦੀ ਵੀ ਗੱਲ ਕਰਾਂਗਾ ਮੰਟੋ ਉਰਦੂ ਦਾ ਸਭ ਤੋਂ ਜਿਹੜਾ ਜਿਹਨੂੰ ਕਹਿੰਦੇ ਇੱਕ ਦੋ ਆਪਣੇ ਦੌਰ ਦਾ ਬਦਨਾਮ ਨਗਮਾ ਨਗਾਰ ਰਿਹਾ ਹੈ ਜਿਹਦੇ ਜਾਂ ਇਹ ਡਰਾਮਾ ਜੋ ਕਹਾਣੀਆਂ ਲਿਖਣ ਵਾਲਾ ਜਿਹਨੂੰ ਕਹਿਣਾ ਚਾਹੀਦਾ ਪੰਜਾਬੀ ਵਿੱਚ ਸਹੀ ਮਾਇਨੇ ਵਿੱਚ ਉਸ ਦੀ ਕਹਾਣੀਆਂ ਵਿੱਚ ਦੁਨੀਆ ਦਾ ਸੱਚ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਉਸ ਤੇ ਡਰਾਮਾ ਫਿਲਮ ਵੀ ਬਣੀ ਰੀਸੈਂਟਲੀ ਉਸ ਨੂੰ ਡਰਾਮੇ ਦੇ ਤੌਰ ਤੇ ਵੀ ਕਈ ਵਾਰ ਖੇਡਿਆ ਗਿਆ ਪਰ ਅਸੀਂ ਉਸ ਤੇ ਇੱਕ ਅਗਲਾ ਰੂਪ ਦੇਣਾ ਚਾਹੁੰਦੇ ਸੀ ਉਸ ਨੂੰ ਡਰਾਮਿਆਂ ਨੂੰ ਉਸ ਚਾਰ ਡਰਾਮਿਆਂ ਨੂੰ ਚਾਰ ਕਹਾਣੀਆਂ ਚਾਰ ਡਰਾਮਿਆਂ ਦੇ ਰੂਪ ਵਿੱਚ ਸਾਨੂੰ ਖੇਡਣ ਦਾ ਮੌਕਾ ਮਿਲਿਆ ਅਸੀਂ ਪਿਛਲੇ ਸਾਲ ਮਲਟੀ ਲਿੰਗੁਅਲ ਫਰੈਂਚ ਫੈਸਟੀਵਲ ਮਿਸਸ ਸਾਗਾ ਦੇ ਵਿੱਚ ਹੁੰਦਾ ਉਸ ਫੈਸਟੀਵਲ ਦਾ ਅਸੀਂ ਹਿੱਸਾ ਰਹੇ ਅਸੀਂ ਉਸ ਵਿੱਚ ਡਰਾਮਾ ਖੇਡਿਆ ਟੋਮਟੇਕ ਸਿੰਘ ਸੀ ਤੇ ਜਿਸ ਵਿੱਚ ਠੰਡਾ گوشਤ ਸੀ 10 ਰੁਪਏ ਸੀ ਉਹਨੇ ਇੱਕ ਕਹਾਣੀਆ ਤੋਂ ਤੁਸੀਂ ਡਰਾਮੇ ਖੇਡੀ ਸੀ ਸੋ ਮੰਟੋ ਉਸ ਤੋਂ ਇਨਸਪਾਇਰ ਹੋਣਾ ਕੋਈ ਬੜੀ ਵੱਡੀ ਗੱਲ ਨਹੀਂ ਮੰਟੋ ਦੀ ਕਹਾਣੀਏ ਸੀ ਜਦੋਂ ਵੀ ਪੜਦਾ ਕਹਿੰਦਾ ਯਾਰ ਇਨੀ ਤੱਕ ਜਿਹੜਾ ਵੀ ਕੋਈ ਪੈਸ਼ਨਟ ਇਨਸਾਨਾਂ ਨੂੰ ਕਹਾਣੀਆਂ ਪੜ੍ਹ ਕੇ ਉਹ ਕਹਿੰਦਾ ਯਾਰ ਇਸ ਬਾਰੇ ਕੁਝ ਨਾ ਕੁਝ ਹੋਣਾ ਚਾਹੀਦਾ ਤੇ ਇਸ ਕਰਕੇ ਉਹ ਸਟੇਜ ਕੀਤੇ ਗਏ ਸੋ ਮੋਸਟਲੀ ਜਿਹੜੇ ਸਾਡੇ ਮੋਸਟ ਜਿਹੜੇ ਸਾਡੇ ਮੋਸਟਲੀ ਜਿਹੜਾ ਸਾਡਾ ਡਰਾਮੇ ਦਾ ਕੰਟੈਂਟ ਹੁੰਦਾ ਉਹ ਕੈਨੇਡੀਅਨ ਕੰਟੈਂਟ ਹੁੰਦਾ ਅਸੀਂ ਕੈਨੇਡੀਅਨ ਕੰਟੈਂਟ ਦੇ ਪੰਜਾਬੀ ਡਰਾਮੇ ਖੇਡਦੇ ਆ ਪਰ ਇਹ ਸਾਡਾ ਇੱਕ ਉਸ ਤੋਂ ਥੋੜਾ ਜਿਹਾ ਹਟ ਕੇ ਸੀ ਪ੍ਰੋਜੈਕਟ ਸੀ ਲੇਕਿਨ ਬਹੁਤ ਸਾਰੇ ਲੋਗਾਂ ਨੂੰ ਇਸ ਬਾਰੇ ਜਿਆਦਾ ਪਤਾ ਨਹੀਂ ਹੈਗਾ ਜੀ ਕਹਾਣੀਆਂ ਦਾ ਵੀ ਨਹੀਂ ਪਤਾ ਬਹੁਤ ਸਾਰੀ ਚੀਜ਼ਾਂ ਜਿਹੜੇ ਤੁਸੀਂ ਸੋਸ਼ਲ ਇਸ਼ੂਜ਼ ਦੇ ਬੀਸ ਤੇ ਰਾਮੇ ਕਰਦੇ ਹੋ ਉਸ ਵਿੱਚ ਦੇਜ ਪ੍ਰਥਾ ਦਾ ਵੀ ਕੀਤਾ ਤੁਸੀਂ ਹੋਰ ਹੀ ਬੜੇ ਸਾਰੇ ਕੀਤੇ ਆ ਤੇ ਇੱਕ ਅਵੇਰਨੈਸ ਜਿਹੜੀ ਹੈਗੀ ਆ ਉਹ ਮੀਡੀਆ ਦੇ ਥਰੂ ਆ ਸਕਦੀ ਹੈਗੀ ਆ ਅਸੀਂ ਕੋਸ਼ਿਸ਼ ਕਰਦੇ ਆ ਜ਼ਰੂਰ ਲੇਕਿਨ ਬਹੁਤ ਕਾਮਯਾਬੀ ਨਹੀਂ ਹਗੇ ਉਸ ਕੋਸ਼ਿਸ਼ ਦੇ ਵਿੱਚ ਲੇਕਿਨ ਅਸੀਂ ਵਸੇ ਕਿਸ ਤਰ੍ਹਾਂ ਅਵੇਰਨੈਸ ਕੀਤੀ ਜਾ ਸਕੀ ਤਾਂ ਕਿ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਸੰਸਥਾ ਦੇ ਨਾਲ ਜੁੜਨ ਇਸ ਕੰਮ ਦੇ ਨਾਲ ਜੁੜਨ ਤੇ ਆਪਣੀ ਮਹਾ ਬੋਲੀ ਪੰਜਾਬੀ ਨੂੰ ਜਾਂ ਆਪਣੇ ਕਲਚਰ ਨੂੰ ਅਵਦਾਨ ਤੇ ਉਸ ਦੇ ਵਾਸਤੇ ਕੀ ਕਹੋਗੇ ਤੁਸੀਂ ਜੀ ਮੈਂ ਸੁਧੀਰ ਜੀ ਤੁਹਾਡੀ ਗੱਲ ਦਾ ਮੁਕੰਮਲ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਬਹੁਤ ਸਾਲ ਪਹਿਲਾਂ ਦਾ ਮੈਨੂੰ ਦਿੱਲੀ ਦੀ ਸਹਾਇਤਾ ਕਲਾ ਪਰਿਸ਼ਦ ਨੇ ਇੱਕ ਡਰਾਮਾ ਕਰਨ ਵਾਸਤੇ ਯੂਥ ਫੈਸਟੀਵਲ ਵਿੱਚ ਉਸ ਸਿਲੈਕਟ ਕੀਤਾ ਮੈਨੂੰ ਪੰਜਾਬੀ ਡਰਾਮਾ ਕਰਨਾ ਸੀ ਉਸ ਵੇਲੇ ਉਸ ਸਟੇਸ਼ਨ ਉੱਥੇ ਡਾਇਰੈਕਟਰ ਸੀਗੇ ਸ਼ੇਖਰ ਵੈਸ਼ਨਵੀ ਸ਼ੇਖਰ ਵੈਸ਼ਨਵੀ ਨੇ ਮੈਨੂੰ ਕਿਹਾ ਡਰਾਮੇ ਉਸ ਨੇ ਤੈਨੂੰ ਸਿਲੈਕਟ ਕਰ ਲਿਆ ਪਰ ਡਰਾਮਾ ਤੇਰਾ ਸਾਨੂੰ ਪਸੰਦੀਜੋ ਡਰਾਮਾ ਉਸ ਵੇਲੇ ਮੈਂ ਖੇਡਣਾ ਚਾਹੁੰਦਾ ਸੀ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਜਿਹੜੀ ਮੈਂ ਹਮੇਸ਼ਾ ਯਾਦ ਰੱਖਦਾ ਮੈਂ ਇਸ ਦਾ ਜ਼ਿਕਰ ਵੀ ਇਸ ਕਰਕੇ ਕਰ ਰਿਹਾ ਕਿ ਬੜੀ ਇੰਪੈਕਟਫੁਲ ਗੱਲ ਸੀ ਉਹਨਾਂ ਦੀ ਕਿ ਆਰਟ ਦਾ ਮਤਲਬ ਸਿਰਫ ਚੰਗਾ ਆਰਟ ਦਿਖਾਣਾ ਨਹੀਂ ਆਰਟ ਦਾ ਮਤਲਬ ਇੰਪੈਕਟ ਕਰਨਾ ਵੀ ਹੈ ਦੁਨੀਆਂ ਨੂੰ ਸਮਾਜ ਨੂੰ ਇੰਪੈਕਟ ਕਰਨਾ ਵੀ ਹੈ ਤੇ ਉਹਨਾਂ ਦੇ ਕਹਿਣ ਦੇ ਉੱਤੇ ਮੈਂ ਇਹ ਗੱਲ ਤੈਅ ਕਰ ਲਿਆ ਕਿ ਹੁਣ ਮੈਂ ਜੋ ਵੀ ਕੁਝ ਕਰਾਂਗਾ ਜ਼ਿੰਦਗੀ ਵਿੱਚ ਇੰਪੈਕਟਫੁਲ ਡਰਾਮਾ ਕਰਨ ਦੀ ਕੋਸ਼ਿਸ਼ ਕਰਾਂਗਾ ਇਹੋ ਚੀਜ਼ ਅਸੀਂ ਕੈਨੇਡੀਅਨ ਆਪਣੇ ਡਰਾਮਿਆਂ ਵਿੱਚ ਕੈਨੇਡੀਅਨ ਕੰਟੈਂਟ ਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅ ਅਸੀਂ 15 16 ਤੇ 17 ਫਰ ਅਪ੍ਰੈਲ ਨੂੰ ਵਿਸਾਖੀ ਵਾਲੇ ਵੀਕ ਦੇ ਵਿੱਚ ਲੌਂਗ ਵੀਕਐਂਡ ਇਨ ਫੈਕਟ ਅਸੀਂ ਮਿਸ ਸਾਗਤ ਮਾਝਾ ਪ੍ਰਿੰਟਸ تھیਟਰ ਵਿੱਚ ਅਸੀਂ ਓਪਨ ਕਰ ਰਹੇ ਹਾਂ ਇੱਕ تھیਟਰ ਫੈਸਟੀਵਲ ਓਪਨ ਕਰ ਰਹੇ ਜਿਸ ਵਿੱਚ ਪੰਜ ਜੁਬਨਾਂ ਦਾ تھیਟਰ ਹੋ ਰਿਹਾ ਹੈ ਜਿਸ ਵਿੱਚ ਗੁਜਰਾਤੀ ਹੈ ਮਰਾਠੀ ਹੈ ਅ ਤੇਲ ਤੇਲਗੂ ਹੈ ਹਿੰਦੀ ਹੈ ਤੇ ਪੰਜਾਬੀ ਹੈ ਪੰਜ ਬਣਾ ਤੇ ਇੱਕ ਇੱਕ ਹਫਤੇ ਪੰਜ ਹਫਤੇ ਲਈ ਥੀਏਟਰ ਹੋ ਰਿਹਾ ਹੈ ਸੋ ਅਸੀਂ ਉਸ ਵਿੱਚ 3 ਡਰਾਮੇ ਕਰ ਰਹੇ ਹਾਂ ਉਸ ਵਿੱਚ ਇੱਕ ਡਰਾਮਾ ਹੈ 5 ਡਾਲਰ ਦਾ ਨੋਟ 5 ਡਾਲਰ ਦਾ ਨੋਟ ਕੈਨੇਡੀਅਨ ਕਹਾਣੀ ਹੈ ਹਰਪ੍ਰੀਤ ਸੇਖਾ ਨਾਮ ਦੇ ਇੱਕ ਵੈਂਕੂਵਰ ਦੇ ਰਾਈਟਰ ਨੇ ਉਹਨਾਂ ਦੀ ਕਹਾਣੀ ਨੂੰ ਅਸੀਂ ਐਡਾਪਟ ਕੀਤਾ ਡਰਾਮੇ ਦੇ ਰੂਪ ਵਿੱਚ ਇੱਕ ਬਜ਼ੁਰਗਾਂ ਦੀ ਕਹਾਣੀ ਹੈ ਕਿ ਉਹ ਬਜ਼ੁਰਗ ਥੋੜੀ ਇਨਕਮ ਵਿੱਚ ਕਿਸ ਤਰ੍ਹਾਂ ਪਰੇਸ਼ਾਨ ਹੋ ਜਾਂਦੇ ਨੇ ਕਿ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਜੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਪੈਸਾ ਥੋੜਾ ਹੈ ਪਰ ਕਰਨਾ ਚ ਬਹੁਤ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਸੋਚ ਹੈ ਉਹਨਾਂ ਦੀ ਆਪਣੇ ਬੱਚਿਆਂ ਪ੍ਰਤੀ ਪਰ ਕਰ ਨਹੀਂ ਪਰ ਉਹ ਕੀ ਕਰਦੇ ਨੇ ਇਸ ਤਰ੍ਹਾਂ ਇੱਕ ਹੋਰ ਕਹਾਣੀ ਹੈ ਟੈਕਸੀ ਨੰਬਰ 242 ਉਹ ਮੇਰਾ ਆਪਣਾ ਲਿਖਿਆ ਹੋਇਆ ਡਰਾਮਾ ਹੈ ਜੋ ਇੱਕ ਕੈਨੇਡੀਅਨ ਪੰਜਾਬ ਤੋਂ ਕੈਨੇਡਾ ਕੇ ਵਸੇ ਕੈਸੇ ਬੰਦੇ ਦੀ ਕਹਾਣੀ ਹੈ ਜਿਸ ਨੇ ساری ਜ਼ਿੰਦਗੀ ਆਪਣੀ ਇੱਥੇ ਟੈਕਸੀ ਚਲਾਉਣ ਦੇ ਲਗਾਈ ਹੈ ਤੇ ਉਸੇ ਜ਼ਿੰਦਗੀ ਕੀ ਉਤਾਰ ਚੜ੍ਹਾਵਾ ਆਪਰੇ ਨੇ ਉਸ ਬਾਰੇ ਉਹ ਕਹਾਣੀ ਹੈ ਸੋ ਆਪਣੇ ਬੱਚਿਆਂ ਨੂੰ ਜੇ ਅਸੀਂ ਜਾਂ ਆਪਣੀ ਮਾਂ ਬੋਲੀ ਲਈ ਜੇ ਕੁਝ ਕਰਨਾ ਹੈ ਤੇ ਸਭ ਤੋਂ ਸੁਖਾਲਾ ਤਰੀਕਾ ਹੈ ਉਸ ਨੂੰ ਬੋਲਣਾ ਉਸ ਨੂੰ ਸੁਣਨਾ ਲਿਖਣ ਪੜ੍ਹਨ ਵਾਸਤੇ ਥੋੜਾ ਜਿਹਾ ਐਫਰਟ ਹੈ ਬੱਚੇ ਨੂੰ ਐਡੀਸ਼ਨਲ ਐਫਰਟ ਕਰਨਾ ਪੈਂਦਾ ਸੋ ਜਿਵੇਂ ਅੱਜ ਸਾਡੇ ਬੱਚੇ ਗੀਤਾਂ ਦੇ ਨਾਲ ਜੁੜੇ ਹੋਏ ਨੇ ਉਸੇ ਤਰ੍ਹਾਂ ਜੇ ਸਾਹਿਤ ਦੇ ਨਾਲ ਜੇ ਜੋੜ ਜੇ ਜੋੜਨਾ ਹੈ ਚੰਗੀ ਸ਼ਬਦਾਵਲੀ ਨਾਲ ਜੇ ਜੋੜਨਾ ਹੈ ਉਹਦੇ ਵਿੱਚ ਡਰਾਮਾ ਬਹੁਤ ਵਧੀਆ ਇੱਕ ਵਿਧਾ ਹੈ ਡਰਾਮੇ ਦੇ ਵਿੱਚ ਅਸੀਂ ਜਦੋਂ ਬੱਚਾ ਸੁਣਦਾ ਹੈ ਉਹ ਸਮਝਦਾ ਹੈ ਉਹਨਾਂ ਗੱਲ ਕਰਦਾ ਉਸ ਬਾਰੇ ਕਿ ਕੀ ਸੀ ਕਿਉਂ ਸੀ ਜਿਵੇਂ ਉਸ ਪਿਛਲੇ ਦੋ ਸਾਲ ਪਹਿਲਾਂ ਇੱਕ ਡਰਾਮਾ ਖੇਡੇ ਗੱਲਾਂ ਤੇਰੀਆਂ ਗੱਲਾਂ ਤੇਰੀਆਂ ਕੈਨੇਡੀਅਨ ਬੱਚੇ ਦੀ ਕਹਾਣੀ ਸੀ ਜਿਹੜੇ ਕਿਸੇ ਕੈਨੇਡੀਅਨ ਪੰਜਾਬੀ ਸਟੂਡੈਂਟਸ ਦੀ ਗੱਲ ਸੀ ਤੇ ਵਰਸਸ ਸਟੂਡੈਂਟਸ ਜਿਹੜੇ ਇੰਡੀਆ ਤੋਂ ਆਉਂਦੇ ਆ ਉਹਨਾਂ ਤੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਤੇ ਕੀ ਸੱਚ ਹੈ ਕੀ ਝੂਠ ਹੈ ਉਸ ਬਾਰੇ ਤੇ ਇੱਕ ਮਰਡਰ ਦੀ ਕਹਾਣੀ ਸੀ ਸੋ ਬਹੁਤ ਕੁਝ ਅਸੀਂ ਕਰ ਸਕਦੇ ਆ ਪ੍ਰੋਵਾਈਡਡ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜੀਏ ਬਿਲਕੁਲ ਤੇ ਮੈਂ ਸਾਰੇ ਦਰਸ਼ਕਾਂ ਨੂੰ ਜਿਹੜੇ ਦੇਖਦੇ ਪਿਆ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕੀ ਤੁਸੀਂ ਸਰਬਜੀਤ ਦੇ ਜਿਹੜੇ ਵਿਚਾਰ ਆ ਗਏ ਆ ਉਹਨਾਂ ਵਿਚਾਰਾਂ ਦੇ ਨਾਲ ਜੁੜੋ ਸਰਬਜੀਤ ਦੇ ਨਾਲ ਜੁੜ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈ ਜਿਹੜੇ ਸਾਡੀ ਪੰਜਾਬੀ ਆਰਟ ਐਸੋਸੀਏਸ਼ਨ ਟੌਨਟੋ ਉਸ ਨਾਲ ਜੁੜ ਸਕਦੇ ਹੋ ਤਾਂ ਉਸ ਤੋਂ ਵੀ ਅੱਛੀ ਗੱਲ ਹੈ ਲੇਕਿਨ ਸਭ ਤੋਂ ਅੱਛੀ ਗੱਲ ਹੋਏਗੀ ਉਹਨਾਂ ਵਿਚਾਰਾਂ ਦੇ ਨਾਲ ਜੁੜਨ ਦੀ ਉਹ ਵਿਚਾਰ ਜਿਹੜਾ ਸਾਡੇ ਕਲਚਰ ਨੂੰ ਪ੍ਰਮੋਟ ਕਰਦਾ ਹੈ ਸਾਡੀ ਬੋਲੀ ਨੂੰ ਪ੍ਰਮੋਟ ਕਰਦਾ ਹੈ ਸਾਡੇ ਸਾਹਿਤ ਨੂੰ ਸਾਡੀ ਹਿਸਟਰੀ ਨੂੰ ਪ੍ਰਮੋਟ ਕਰਦਾ ਹੈ ਤੇ ਸਾਡੇ ਰਹਿਣ ਦੇ ਤਰੀਕੇ ਖਾਨ ਦੇ ਤਰੀਕੇ ਇੱਕ ਜਿਹੜੀ ਗੱਲ ਸਰਬਜੀਤ ਮੋੜੀ ਅੱਛੀ ਸ਼ੁਰੂ ਵਿੱਚ ਕਹੀ ਸਗੀ ਕਿ ਕੋਈ ਇੰਸਟੀਚਿਊਟ ਐਸਾ ਨਹੀਂ ਹਗਾ ਜੋ ਸਾਨੂੰ ਸਭਿਤਾ ਸਿਖਾਏ ਉਹ ਸਭਿਤਾ ਜਿਹੜੀ ਹੈਗੀ ਹੈ ਉਹ ਤੇ ਖੁਦ ਐਫਰਟ ਕਰਕੇ ਸਿੱਖਣੀ ਪੈਗੀ ਉਸ ਦਾ ਐਫਰਟ ਪਰਿਵਾਰ ਮਿਲ ਕੇ ਕਰ ਸਕਦਾ ਹੈ ਇੰਡੀਵਿਜੂਅਲ ਸ਼ਖਸ ਕਰ ਸਕਦਾ ਹੈ ਤੇ ਅਸੀਂ ਐਜ਼ ਐਨ ਇੰਸਟੀਚਿਊਟ ਜੋ ਕਿ ਮੀਡੀਆ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਉਸ ਬਾਰੇ ਵਿੱਚ ਗੱਲ ਕਰ ਸਕਦੇ ਆ ਉਹਨੂੰ ਪ੍ਰੋਮੋਟ ਕਰ ਸਕਦੇ ਆ ਇਸ ਪ੍ਰਮੋਸ਼ਨ ਦੇ ਬਾਅਦ ਇੱਕ ਵਾਰ ਲਾਸਟ ਵਿੱਚ ਸਰਜੀਤ ਸਾਹਿਬ ਕੋਲੋਂ ਇੱਕ ਸਿੰਪਲ ਜਿਹਾ ਕਹਾਵਾ ਇਹਨਾਂ ਦੀ ਬਹੁਤ ਅੱਛੀ ਸ਼ੇਰੋ ਸ਼ਾਇਰੀ ਵੀ ਕਰਦੇ ਆਗੇ ਬੜੇ ਅੱਛੀ ਚੀਜ਼ਾਂ ਬੜੇ ਅੱਛੇ ਵਿਚਾਰ ਰੱਖਦੇ ਹੋਏ ਇੱਕ ਇਹਨਾਂ ਦਾ ਇਹ ਰੂਪ ਵੀ ਹੈਗਾ ਜੋ ਮੈਂ ਚਾਹਨਾ ਕਿ ਦਰਸ਼ਕ ਅੱਜ ਉਹ ਰੂਪ ਵੀ ਜ਼ਰੂਰ ਦੇਖਣ ਸਰਜੀਤ ਜੀ ਮੇਰਾ ਬੜਾ ਐਸੀ ਜਗ੍ਹਾ ਤੇ ਫਸਾਤਾ ਕਿ ਦਾ ਉੱਤੇ ਮੈਂ ਆਪਣੀ ਸ਼ਾਇਰੀ ਨਾਲ ਜ਼ਿਆਦਾਤਰ ਆਪਣੇ ਲਈ ਆਪਣੇ ਥੌਟਸ ਆਪਣੇ ਤੱਕ ਰੱਖਣਾ ਚਾਹਨਾ ਪਰ ਕੋਈ ਨਹੀਂ ਤੁਸੀਂ ਕਿਹਾ ਮੈਂ ਤੁਹਾਨੂੰ ਇਹ ਵੀ ਸੁਣਾਵਾਂ ਅਕਸਰ ਕੋਈ ਸ਼ਾਇਰ ਨੇ ਨਾ ਉਹਨੂੰ ਆਪਣੀ ਸ਼ਾਇਰੀ ਯਾਦ ਨਹੀਂ ਹੁੰਦੀ ਪਰ ਜਿਹੜਾ ਸ਼ੇਅਰ ਸਭ ਤੋਂ ਪਹਿਲਾਂ ਉਹਨੇ ਕਦੀ ਕਿਹਾ ਹੁੰਦਾ ਨਾ ਉਹ ਕਦੇ ਮੇਰੇ ਕਦੀ ਭੁੱਲਦਾ ਨਹੀਂ ਅ ਮੈਂ 18 ਸਾਲ ਦੀ ਉਮਰ ਵਿੱਚ ਪਹਿਲਾ ਆਪਣਾ ਸ਼ੇਅਰ ਕਿਹਾ ਸੀ ਉਮਰ ਸੀ 17 ਸਾਲ ਦੀ ਉਮਰ ਕਿ ਲਾਲੋ ਵਿੱਚ ਕਿਹਾ ਸੀ ਤੇ ਉਰਦੂ ਵਿੱਚ ਇਹ ਮੈਂ ਲਿਖਿਆ ਸੀ ਮੈਂ ਉਰਦੂ ਵੀ ਹਿੰਦੀ ਤੁਸੀਂ ਜਾਣਦੇ ਹੋ ਮੈਂ ਉਰਦੂ ਹਿੰਦੀ ਪੰਜਾਬੀ ਇਤਨੇ ਜ਼ਬਾਨਾਂ ਵਿੱਚ ਲਿਖਦਾ ਹਾਂ ਤੇ ਇਹ ਇਹ ਸ਼ੇਅਰ ਕੁਝ ਇਸ ਤਰ੍ਹਾਂ ਸੀ था सोचता सिर्फ दोस्त नहीं हमदम बने हम था सोचता सिर्फ दोस्त नहीं हमदम बने हम ना हो सकी मुराद पूरी बस एक यही गम सो so, ए, ए जड़ा ओ जड़ा जवानी वाला दौर हुंदा जब आशिकी दा भूत सवारंदा उस दौर दा लिखया शेर है मेरा कदी भूलदा नहीं अपना लिखया उस तो बाद कई कुछ और लिखया कई कुछ बनाया कई कुछ टाया पर ए जड़ा मेरा पहला शेर है जो लिखया सी जो थोड़ा शेयर कर वेरी नाइस ਇਹ ਜਿਹੜੀ ਇਹ ਜਿਹੜੀ ਆਸ਼ਕੀ ਹੈਗੀ ਹੈ ਨਾ ਅੱਜ ਚਲਿਏ ਅਸੀਂ ਇੱਕ ਇਸ ਗੱਲ ਤੋਂ ਆਪਣਾ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆ ਆਸ਼ਕੀ ਚਲੋ ਰੱਖੀਏ ਆਪਣੇ ਨਾਲ ਆਸ਼ਕੀ ਰੱਖੀਏ ਆਪਣੇ ਪਰਿਵਾਰ ਦੇ ਨਾਲ ਆਸ਼ਕੀ ਰੱਖੀਏ ਆਪਣੇ ਦੋਸਤਾਂ ਦੇ ਨਾਲ ਆਸ਼ਕੀ ਰੱਖੀਏ ਆਪਣੀ ਬੋਲੀ ਤੇ ਸੱਭਿਆਚਾਰ ਦੇ ਨਾਲ ਉਹ ਸਾਰੀ ਚੀਜ਼ਾਂ ਨੂੰ ਰੱਖਦੇ ਹੋਏ ਅਸੀਂ ਆਸ਼ਕੀ ਕਰੀਏ ਤੇ ਮਜ਼ਾ ਵੀ ਆਏਗਾ ਤੇ ਰੂਹ ਨੂੰ ਵੀ ਸ਼ਾਂਤੀ ਤੇ ਖੁਸ਼ੀ ਮਿਲੇਗੀ ਅੱਜ ਦਾ ਸਵਾਲ ਸਰਬਜੀਤ ਦੇ ਨਾਲ ਅੱਜ ਖਤਮ ਹੋਇਆ ਥੈਂਕ ਯੂ ਵੈਰੀ ਮਚ ਫਿਰ ਮਿਲਾਂਗੇ ਜ਼ਰੂਰ ਮਿਲਾਂਗੇ ਔਰ ਜਲਦੀ ਮਿਲਾਂਗੇ ਥੈਂਕ ਯੂ ਸਰਬਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸੁਦੀਰ ਜੀ